ਪਰ ਅਸੀਂ ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਜਿੰਨਾ ਚਿਰ ਕਿਸੇ ਸਰੋਤੇ ਦੀ ਕਾਲ ਕੋਈ ਨਹੀਂ ਹੈਗੀ ਉਹਨਾਂ ਚਿਰ ਅਸੀਂ ਉਹ ਜਿਹੜਾ ਵੀਰ ਇੱਕ ਅਕਸਰ ਆਉਂਦਾ ਹੁੰਦਾ ਗੱਲ ਕਰਨ, ਠੀਕ ਹੈ, ਆਪਣੀ ਆਵਾਜ਼ ਬਦਲ ਕੇ, ਠੀਕ ਹੈ ਠੀਕ ਹੈ ਠੀਕ ਹੈ, ਅਤੇ ਉਹਦਾ ਵੀ ਜਿਹੜਾ ਕਰਜ਼ਾ ਆ ਉਹ ਆਪਾਂ ਲਾ ਦੇਈਏ, ਠੀਕ ਹੈ। ਜਿਹੜੀਆਂ 24,988 ਗਾਲਾਂ ਆ ਉਹ ਪਹਿਲਾਂ ਇੱਕ ਵਾਰੀ ਸੁਣਾ ਦਈਏ, ਹਰੇਕ ਪ੍ਰੋਗਰਾਮ ਚ ਇੱਕ ਵਾਰੀ ਤਾਂ ਜ਼ਰੂਰ। ਮੈਂ ਤਾਂ ਠੀਕਦਾ ਸੀ ਉਹ ਕਰੂਗਾ ਤਾਂ ਫਿਰ ਉਹਨੂੰ ਜਵਾਬ ਵੀ ਸੁਣਾਵਾਂਗੇ, ਪਰ ਹੁਣ ਅਜੇ ਆਈ ਨੀ, ਉਹਦੀ ਉਹਦੀ ਕਾਲ ਨੀ ਆਈ, ਠੀਕ ਹੈ ਠੀਕ ਹੈ। ਉਹਨਾਂ ਚਿਰ ਤੁਸੀਂ ਸੁਣ ਲਓ ਪਹਿਲਾਂ। ਨਾੜ ਮੁੰਡੇ ਜੇਂਡਾ ਪੋੜਾ ਪੋਲਾ ਜੀ ਪਲੱਕੜੇ ਪਲੱਕੜੇ ਨਾੜ ਮੁੰਡੇ ਜੇਂਡੇ, ਠੀਕ ਹੈ ਜੀ। ਹਾਂ ਨਹੀਂ ਮਤਲਬ ਅਸੀਂ ਹੋਰ ਕੁਛ ਨੀ ਕਰ ਸਕਦੇ, ਠੀਕ ਆ, ਰੌਣਕ ਲੱਗਣੀ ਚਾਹੀਦੀ ਆ ਤਾਂ ਕਰ ਸਕਦੇ ਹਾਂ ਅਸੀਂ, ਹਨਾ। ਉਹ ਉਹ ਤਾਂ ਪਤਾ ਨੀ ਕੀ ਇੱਦਾਂ ਮਾਂ ਗਾਲਾਂ ਵੀ ਇੱਦਾਂ ਦੀਆਂ ਕੱਢਦੇ ਆ ਨਾ ਜਾਣੀ ਉਹ, ਹਨਾ। ਜੇ ਮੈਂ ਗਰੰਟੀ ਦੇ ਦਿੰਦਾ, ਜੇ ਮੈਂ ਕਹਿੰਦਾ ਇਹਨਾਂ ਦੀਆਂ ਲੜਕੀਆਂ ਇਹਨਾਂ ਦੀਆਂ ਧੀਆਂ ਭੈਣਾਂ ਇੱਦਾਂ ਸੁਣਦੀਆਂ ਹੋਣ ਜਾਣੀ, ਹਨਾ, ਉਹ ਦੇਖਣ ਇਹਨਾਂ ਦੇ ਪੇਜਾਂ ਨੂੰ, ਇਹਨਾਂ ਦੇ ਗਰੁੱਪਾਂ ਨੂੰ, ਜਿੱਦਾਂ ਇੰਜਣ ਮੈਂ ਘੁਮਾਇਆ ਉਹ ਚ ਸਾਰਿਆਂ ਦੇ ਨਾਂ ਨਕਲੀ ਆ, ਜਾਲੀ ਆ ਇਹਨਾਂ ਦੇ, ਹਨਾ। ਹੁਣ ਗੁਰਪ੍ਰੀਤ ਕੈਲੀਫੋਰਨੀਆ ਵਾਲਾ, ਉਹਦੀ ਕੁੜੀ ਆਪਣੀ 13-14 ਸਾਲ ਦੀ ਹੋਣੀ ਮੇਰਾ ਖਿਆਲ, ਉਹ ਬੱਚੀਆਂ ਨੇ ਜਦੋਂ ਵੱਡੀਆਂ ਨੇ ਹੋਣਾ, ਵੱਡੀਆਂ ਹੋਣਾ ਉਹਨਾਂ ਨੇ, ਉਹ ਪੇਜ ਦੇਖਣ, ਅੱਛਾ ਵੀ ਮੇਰੇ ਪੇਜ ਦੀਆਂ ਇੰਨੀਆਂ ਆਈਡੀਆਂ ਸੀ ਇਹ, ਆਹ ਅਸਲੀਅਤ ਹੈ ਇਹਨਾਂ ਦੀ, ਇੱਥੋਂ ਆਏ ਆ ਜਾਣੀ, ਇਹ ਦਾਅਵਾ ਕਰਦੇ ਵੀ ਗੁਰੂ ਸਾਹਿਬ ਨੇ ਬਰਾਬਰ ਬਿਠਾਲੇ ਆ ਜਾਣੀ, ਤੇ ਉਹ ਕੀ ਸੋਚੂਗੇ ਗੁਰੂ ਸਾਹਿਬ ਇੰਨੇ ਨਿਕੰਮੇ ਸੀ, ਇੱਦਾਂ ਦੇ ਬੰਦੇ ਨੂੰ ਨਾਲ ਬਿਠਾਲੀ ਰੱਖਦੇ ਸੀ, ਇੱਦਾਂ ਉਹਦੇ ਮਨ ਚ ਆਊਗਾ ਵੀ ਇੱਦਾਂ ਇਹ ਬੰਦੇ, ਜਿੱਥੇ ਸਾਡਾ ਸਾਡੇ ਨਾਲ ਕੋਈ ਧੱਕਾ ਹੋਊਗਾ ਇੱਦਾਂ ਭਲਕੇ ਨੂੰ, ਅਸੀਂ ਕਿਹਨੂੰ ਦੋਸ਼ ਦਿਆਂਗੇ। ਬਿਲਕੁਲ ਠੀਕ ਹੈ, ਬੱਚਿਆਂ ਨੇ ਅੱਗੇ ਤੁਸੀਂ ਜਿਹੜੀ ਆਪਣੀ ਉਹ ਮੀਰ ਖਾਨ ਨੇ ਬਣਾਈ ਆ ਡਾਕੂਮੈਂਟਰੀ, ਹਨਾ, ਉਹਦੇ ਵਿੱਚ ਹੁਣ ਜਿਹੜੀ ਉਹਦੀ ਕੁੜੀ ਆ ਲਲਿਤ ਮਾਕਨ ਦੀ, ਠੀਕ ਹੈ, ਉਹ ਅਹਿਸਾਸ ਹੋ ਰਿਹਾ ਅਗਲੇ ਨੂੰ, ਸਾਡੇ ਬੰਦਿਆਂ ਨੂੰ ਵੀ ਹੋ ਰਿਹਾ ਹੈ। ਹੁਣ ਭਿੰਡਰਾਂ ਵਾਲੇ ਦੇ ਮੁੰਡਿਆਂ ਨੂੰ ਕਿਤੇ ਨਾ ਕਿਤੇ ਪੈਸੇ ਤਾਂ ਖਾਈ ਜਾਂਦੇ ਉਹਦੇ ਨਾਂ ਤੇ, ਪਰ ਇਸ ਚੀਜ਼ ਦਾ ਅਹਿਸਾਸ ਤਾਂ ਹੋ ਗਿਆ ਨਾ ਵੀ ਪਿਓ ਗਲਤ ਸੀ, ਠੀਕ ਹੈ। ਹਾਂ ਪੈਸੇ ਮਿਲ ਰਹੇ ਆ, ਸਰੂਪੇ ਮਿਲ ਰਹੇ ਆ, ਉਹ ਤਾਂ ਇਨਕਾਰ ਨਹੀਂ ਕਰ ਰਹੇ ਅਗਲੇ, ਸਵਾਰਥੀ ਹੈ ਬਿਰਤੀ, ਪਰ ਇੰਨਾ ਤਾਂ ਪਤਾ ਲੱਗ ਗਿਆ ਨਾ, ਮੈਸੇਜ ਤਾਂ ਮਿਲ ਗਿਆ ਉਹਨਾਂ ਨੂੰ, ਪਤਾ ਹੈ ਬਿਲਕੁਲ ਜੀ। ਜੇ ਨਾ ਪਤਾ ਹੋਵੇ ਤਾਂ ਉਹ ਕਿਉਂ ਨਾ ਕਹਿਣ ਪਿਆ ਆ ਜਾਓ ਬਈ ਲਿਆ ਕੇ ਆ ਹਥਿਆਰ ਅਸੀਂ ਸਾਂਭਦੇ ਹਾਂ, ਨਹੀਂ ਨਹੀਂ ਇਹਦਾ ਮੈਨੂੰ ਮਿਲ ਗਿਆ ਸੁਨੇਹਾ, ਕਲੀਅਰ ਹੋ ਗਿਆ। ਸਾਡੇ ਨਾਲ ਸਰੋਤੇ ਹੈ ਜੀ, ਇੱਕ ਵਟਸਐਪ ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਚਰਨਜੀਤ ਬੋਲਦਾ ਜੀ। ਹਾਂਜੀ ਹਾਂਜੀ, ਮੈਂ ਕਿਹਾ ਜੈਂਟੇ ਦੀ ਗੱਲ ਸੁਣੀ ਸੀਗੀ ਅੱਜ, ਵਾਹਵਾ ਦਿਨਾਂ ਬਾਅਦ ਜੈਂਟੇ ਦਾ ਨਾਂ ਆਇਆ, ਇੱਕ ਗੱਲ ਯਾਦ ਆ ਗਈ ਜੈਂਟੇ ਦੀ। ਹਾਂਜੀ ਜੈਂਟੇ ਨੂੰ ਭਾਜੀ ਇੱਕ ਵਾਰੀ ਨਾ ਡਿਪਰੈਸ਼ਨ ਦੀ ਹੋ ਗਈ ਪ੍ਰੋਬਲਮ, ਉਹ ਆਪ ਤੇ ਤੰਗ ਹੈਗਾ ਹੀ ਹੈਗਾ ਸੀ, ਡਾਕਟਰ ਨੂੰ ਵੀ ਜਾ ਕੇ ਤੰਗ ਕਰਿਆ ਕਰੇ, ਡਾਕਟਰ ਨੇ ਇਹਨੂੰ ਦਵਾਈ ਦੇ ਦਿੱਤੀ ਤੇ ਕਹਿੰਦਾ ਵੀ ਆਹ ਦਵਾਈ ਲੈ ਜਾ, ਦਵਾਈ ਖਾਣੀ ਆ ਰਾਤ ਨੂੰ ਸੌਣ ਤੋਂ ਬਾਅਦ ਤੇ ਸਵੇਰ ਨੂੰ ਅੱਧਾ ਘੰਟਾ ਕਰਨੀ ਆ ਸੈਰ, ਕਹਿੰਦਾ ਠੀਕ ਆ ਜੀ। ਤੇ ਉਹ ਸੈਰ ਕਰਨ ਤੁਰਿਆ ਰਿਹਾ ਤੇ ਇੱਕ ਦਿਨ ਉਹਨੇ ਡਾਕਟਰ ਨੂੰ ਫੋਨ ਕੀਤਾ, ਕਹਿੰਦਾ ਡਾਕਟਰ ਸਾਹਿਬ ਤੁਸੀਂ ਅੱਧਾ ਘੰਟਾ ਮੈਨੂੰ ਸੈਰ ਕਰਨ ਲਈ ਕਿਹਾ ਸੀਗਾ, ਕਹਿੰਦਾ ਜੀ ਮੈਂ ਬੰਗਲਾਦੇਸ਼ ਪਹੁੰਚ ਗਿਆ ਵਾ ਤੇ ਦਵਾਈ ਨੀ ਹਜੇ ਖਤਮ ਹੋਈ, ਤੇ ਡਾਕਟਰ ਕਹਿੰਦਾ ਇੱਦਾਂ ਕਰ ਫਿਰ ਬੰਗਲਾਦੇਸ਼ ਤੇ ਪਹੁੰਚ ਹੀ ਗਿਆ, ਆਸਟ੍ਰੇਲੀਆ ਵਾਲੇ ਪਾਸੇ ਨੂੰ ਹੋ ਜਾ, ਹੌਲੀ ਹੌਲੀ ਤੁਰਦਾ ਤੁਰਦਾ ਜੀ ਉਹ ਆਸਟ੍ਰੇਲੀਆ ਪਹੁੰਚ ਗਿਆ, ਆਸਟ੍ਰੇਲੀਆ ਪਹੁੰਚ ਗਿਆ ਤੇ ਉੱਥੇ ਜਿਹਦੇ ਕੋਲ ਜਿਹਨੂੰ ਇਹਨੇ ਮਿਲਣਾ ਯਾਰ ਦੋਸਤ ਨੂੰ, ਉਹ ਮਿਲਿਆ ਉਹਨੂੰ ਤੇ ਕਹਿੰਦਾ ਵੀ ਜੰਟਿਆ ਜਰਾਬਾਂ ਨਾ ਧੋ ਕੇ ਰੋਜ਼ ਪਾਉਣੀਆਂ ਤੂੰ, ਕਹਿੰਦਾ ਕਿਉਂ, ਕਹਿੰਦਾ ਇਹ ਨਾ ਹੋਵੇ ਵੀ ਜਾਣੀ ਕਿ ਕਾਮਯਾਬੀ ਆਵੇ ਤੇ ਤੇਰੇ ਪੈਰਾਂ ਚੋਂ ਬੋਹ ਦੇਖ ਕੇ ਤੇ ਉਹ ਵਾਪਸ ਚਲੇ ਜਾਵੇ, ਤੇ ਮੈਂ ਉਹ ਜੰਟੇ ਨੂੰ ਕਹਿਣਾ ਸੀਗਾ ਭਰਾਵਾ ਵੀ ਤੇ ਜਿਹੜੀ ਡਾਕਟਰ ਨੇ ਤੈਨੂੰ ਦਵਾਈ ਦਿੱਤੀ ਸੀ ਨਾ ਉਹ ਦੋ ਟਾਈਮ ਕਰਦੇ ਤੇ ਜਰਾਬਾਂ ਧੋ ਕੇ ਪਾਇਆ ਕਰ, ਕਿਉਂਕਿ 50,000 ਤੋਂ ਵੱਧ ਇਹ ਤੇਰੀਆਂ ਉਹ ਹੋਈਆਂ ਨੀਗੀਆਂ, ਦਸਤਖਤ ਨੀ ਹੋਏ ਤੇਰੇ ਹਜੇ, ਅਜੇ ਤੱਕ ਦੁਸ਼ਮਣ ਆਉਂਦਾ ਜੀ ਖੈਰ ਮੰਗਦੇ ਆ ਵੀ ਤੇ ਲੱਕ ਪੂਰਾ ਹੋਵੇ। ਨਹੀਂ ਨਹੀਂ ਉਹਨਾਂ ਵਿਚਾਰਿਆਂ ਨੂੰ ਇਹ ਨੀ ਚੇਤਾ, ਹੁਣ ਤਾਂ ਸੁੱਧ ਬੋਧ ਭੁੱਲ ਗਏ ਉਹਨਾਂ ਦੀ, ਹੁਣ ਤਾਂ ਮਰਿਆਦਾ ਦੁਆਲੇ ਹੋ ਗਿਆ ਵੀ ਜਿਹੜੀਆਂ ਕੁੜੀਆਂ ਨੇ ਇੱਥੇ, ਮੁੰਡੇ ਕੁੜੀ ਦਾ ਵਿਆਹ ਹੋਇਆ ਸੀ ਨਾ ਕੁਰਸੀ ਤੇ ਬੈਠ ਕੇ, ਹਾਂਜੀ ਹਾਂਜੀ ਹਾਂਜੀ, ਉਹਦਾ ਫਿਕਰ ਪੈ ਗਿਆ ਉਹਨੂੰ। ਹਾਂ ਦੂਜੀ ਗੱਲ ਭਾਜੀ ਹੈਗੀ ਆ, ਯਾਨੀ ਕਿ ਚਲੋ ਭਾਈ ਸਾਹਿਬ ਦੀਆਂ ਤੁਹਾਡੀਆਂ ਪੋਸਟਾਂ ਯਾਨੀ ਕਿ ਸ਼ੇਅਰ ਕਰਦੇ ਰਹੀਦਾ ਵਾ, ਤੇ ਦੂਜਾ ਹੈਗਾ ਨਾ ਜਿਹੜੀਆਂ ਯਾਨੀ ਕਿ ਕਹਿੰਦੇ ਹੁੰਦੇ ਇਹ ਆ ਵੀ ਅਸੀਂ ਕਿਸੇ ਪਾਸੇ ਨੀਗੇ,
ਤੇ ਭੁਗਤਦੇ ਹੈਗੇ ਆ ਗਲਾਂ ਕੱਢ ਕੇ ਟਕਸਾਲ ਵਾਲੇ ਬੰਨੇ ਤੇ ਮਸੈਂਜਰ ਤੇ ਆ ਕੇ ਤੰਗ ਕਰਦੇ ਹੁੰਦੇ ਆ ਵੀ ਤੁਸੀਂ ਇਹਦੇ ਚੇਲੇ ਆ ਇਹਦੇ ਚੇਲੇ ਆ ਉਹਨਾਂ ਨੂੰ ਭਰਾਵਾਂ ਨੂੰ ਹੈਗੀ ਆ ਬੇਨਤੀ ਵੀ ਕਈ ਸਾਂਝੀਆਂ ਭਾਬੀਆਂ ਨੀ ਹੈਗੀਆਂ ਘੱਟੋ ਘੱਟ ਅਸੀਂ ਕਿਸੇ ਪਾਸੇ ਖੜੇ ਤੇ ਹੈਗੇ ਆ ਨਾ ਸੁਣ ਲਓ ਚੰਗੀ ਤਰ੍ਹਾਂ ਗੱਲ ਅਸੀਂ ਖੜੇ ਆ ਹਰਨੇਕ ਸਿੰਘ ਹੋਣਾਂ ਨਾਲ ਭਾਈ ਸਾਹਿਬ ਨਾਲ ਖੜੇ ਆ ਤੇ ਕਹਿੰਦੇ ਆ ਖੜੇ ਆ ਤੁਹਾਡਿਆਂ ਨੂੰ ਸਾਂਝੀਆਂ ਭਾਬੀਆਂ ਨੀ ਬਣੇ ਹੋਏ ਵੀ ਨਹੀਂ ਜੀ ਅਸੀਂ ਕਿਸੇ ਪਾਸੇ ਨੀਗੇ ਨਹੀਂ ਵੈਸੇ ਵੀ ਜੀ ਜਿਹੜੇ ਨਾ ਜਦੋਂ ਕਿਤੇ ਕੋਈ ਗੱਲ ਵਾਪਰਦੀ ਆ ਜਿਹੜੀ ਧਿਰ ਧੱਕਾ ਕਰ ਗਈ ਹੁੰਦੀ ਆ ਚੁੱਪ ਰਹਿਣੇ ਵਾਲੇ ਉਹ ਧੱਕਾ ਕਰ ਚੁੱਕੀ ਧਿਰ ਦੇ ਹੱਕ ਵਿੱਚ ਖੜਦੇ ਆ ਠੀਕ ਆ ਉਹਦੇ ਵਿੱਚ ਉਹ ਚਾਹੇ ਕੁਛ ਕਹਿਣ ਚਾਹੇ ਨਾ ਕਹਿਣ ਬਿਲਕੁਲ 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 ਚਲੋ ਠੀਕ ਆ ਭਾਜੀ ਧੰਨਵਾਦ ਥੈਂਕ ਯੂ ਜੀ ਧੰਨਵਾਦ ਜੀ ਭਈ ਆਪਾਂ ਉਹ ਉਹ ਜਿਹੜੀ ਗੱਲ ਅਸੀਂ ਇਹਨਾਂ ਦੀ ਕਰਦੇ ਸੀ ਵੀ ਇੰਨੇ ਗੰਦੇ ਆ ਇੰਨੇ ਗਿਰੇ ਹੋਏ ਆ ਇਹ ਫਿਰ ਝੂਠ ਇਹਨਾਂ ਤੋਂ ਆਪਣੇ ਆਪ ਨੂੰ ਕੈਲੀਫੋਰਨੀਆ ਵਾਲੇ ਇਹਨਾਂ ਨੂੰ ਤੁਸੀਂ ਗੱਲ ਕਰਦੇ ਨੂੰ ਇਹਦਾ ਦੇਖੋ ਬੰਦਾ ਕਹੂਗਾ ਭਈ ਐਡਾ ਧਾਰਮਿਕ ਬੰਦਾ ਹਾਂ ਐਡਾ ਜਾਣੀ ਕਮੀਨਗੀ ਕਿੱਦਾਂ ਕੁੱਟ ਕੁੱਟ ਭਰੀ ਹੋ ਆ ਇਹਨਾਂ ਦੇ ਵਿੱਚ ਜੇ ਤੁਸੀਂ ਕਹੋ ਵੀ ਇਹਨਾਂ ਬੰਦਿਆਂ ਨੂੰ ਇੱਦਾਂ ਫਿਰ ਕਰੀ ਜਾਂਦੇ ਗੁਰੂ ਸਾਹਿਬ ਨੇ ਇੱਦਾਂ ਗੱਲ ਲਾਇਆ ਜੀ ਸਾਨੂੰ ਸਾਡਾ ਫਲਾਨਾ ਹੋਇਆ ਸਾਡਾ ਰੰਗਰੇਟਾ ਫਲਾਨਾ ਹੋਇਆ ਭਾਈ ਜੈਤਾ ਸਾਡੇ ਉਹ ਇੰਡੀਵਿਜੁਅਲ ਹੋਇਆ ਯਾਰ ਤੁਸੀਂ ਤੁਸੀਂ ਕੋਈ ਚੀਜ਼ ਕਿਸੇ ਮਸ਼ੀਨ ਤੋਂ ਬਣੀ ਉਹ ਚੀਜ਼ ਕਿਤੇ ਵੀ ਜਾਣੀ ਹਿਊਮਨ ਬੀਇੰਗ ਤਾਂ ਹੈ ਹੀ ਇਕੱਲੇ ਇਕੱਲੇ ਆ ਤੁਸੀਂ ਮਸ਼ੀਨ ਤੋਂ ਬਣੀਓ ਕੋਈ ਚੀਜ਼ ਕੋਈ ਬੰਦਾ ਇਹ ਕਹਿ ਸਕਦਾ ਤੁਸੀਂ ਫੋਰਡ ਦੀ ਗੱਡੀ ਲੈਣ ਜਾਵੋ ਮਰਸੀਡੀ ਦੀ ਗੱਡੀ ਲੈਣ ਜਾਵੋ ਅਗਲੇ ਤੁਹਾਨੂੰ ਸਾਹਮਣੇ ਖੜੀ ਗੱਡੀ ਨੂੰ ਉਹਦੇ ਬਾਰੇ ਤਾਂ ਦੇਖਣ ਨਾ ਦੇਣ ਹਨਾ ਉੱਥੋਂ ਉਸੇ ਕੰਪਨੀ ਦੀ ਬਣੀ ਹੋ ਦੋ ਸਾਲ ਤਿੰਨ ਸਾਲ ਚਾਰ ਸਾਲ ਵੀਹ ਸਾਲ ਜਾਂ ਇੱਥੇ ਤਾਂ ਅਸੀਂ 400 ਸਾਲ ਪਹਿਲਾਂ ਦੀ ਗੱਲ ਕਰੀ ਜਾਂਦੇ ਹਾਂ ਤੇ 50 ਸਾਲ ਪੁਰਾਣੀ ਗੱਡੀ ਬਣੀ ਹੋ ਜਿਹੜੀ ਕਿਸੇ ਮੰਤਰੀ ਨੇ ਰੱਖੀ ਹੋਵੇ ਉਹਦਾ ਹਵਾਲਾ ਦੇ ਕੇ ਕਹੀ ਜਾਣ ਵੀ ਦੇਖ ਲਾ ਉਹ ਗੱਡੀ ਸੀ ਜਿਹੜੀ ਫਲਾਨਾ ਕਲਿੰਟਨ ਵਰਤਦਾ ਹੁੰਦਾ ਸੀ ਉਹ ਸਾਡੀ ਕੰਪਨੀ ਦੀ ਵੀ ਤੂੰ ਲੈ ਜਾ ਇੰਨੀ ਦੀ ਜਾਊਗਾ ਬੰਦਾ ਤੁਸੀਂ ਗੱਲ ਤਾਂ ਸਾਹਮਣੇ ਦੀ ਗੱਲ ਕਰੋ ਅੱਜ ਤੋਂ 300 ਸਾਲ ਪਹਿਲਾਂ ਕੌਣ ਸੀ ਉਹ ਜਾਣੀ ਤੁਸੀਂ ਮਾਮੇ ਲੱਗਦੇ ਨਾਲੇ ਉਹਦੇ ਭਾਈ ਜੈਤੇ ਦੇ ਐਵੇਂ ਮੱਲੋ ਮੱਲੀ ਹਰੇਕ ਜਣਾ ਖਣਾ ਉੱਠ ਕੇ ਉਹ ਕਦੇ ਬਾਬਾ ਦੀਪ ਸਿੰਘ ਦੀ ਗੱਲ ਹੁੰਦੀ ਆ ਉਹ ਤਾਂ ਉੱਧਰ ਆਪਣਾ ਜਿਹੜਾ ਐਕਟਰ ਨੀ ਹੈਗਾ ਕ੍ਰਿਕਟਰ ਦਾ ਪਿਓ ਯੁਵਰਾਜ ਦਾ ਯੋਗਰਾਜ ਉਹ ਕਹੀ ਜਾਂਦਾ ਵੀ ਬਾਬਾ ਦੀਪ ਸਿੰਘ ਤੁਸੀਂ ਇੱਥੇ ਸਾਡੇ ਇੱਕ ਹੈਮਟਨ ਗੁਰਦੁਆਰੇ ਸੈਕਟਰੀ ਹੁੰਦਾ ਸੀਗਾ ਉਹ ਕਹੀ ਜਾਣਾ ਵੀ ਮੈਂ ਮੈਂ ਉਹਨਾਂ ਦੀ ਕੁੱਲ ਵਿੱਚੋਂ ਆ ਇੱਦਾਂ ਪ੍ਰਿਥੀ ਚੰਦ ਦੀ ਕੁੱਲ ਤਾਂ ਬਹੁਤ ਮਹਾਨ ਸੀ ਫਿਰ ਹੁਣ ਜੇ ਭਾਈ ਜੇਠੇ ਚੋਂ ਤਾਂ ਪ੍ਰਿਥੀ ਚੰਦ ਚੋਂ ਚੁਣਨਾ ਹੋਵੇ ਕਿਸੇ ਨੇ ਮਹਾਨ ਕੌਣ ਹੋਊਗਾ ਪ੍ਰਿਥੀ ਚੰਦ ਫਿਰ ਤਾਂ ਪ੍ਰਿਥੀ ਚੰਦ ਮਹਾਨ ਹੋਊਗਾ ਨਾ ਦਾਵਾ ਉਹਦਾ ਵੱਡਾ ਹੋਊਗਾ 108 ਤੇ ਤੁਸੀਂ ਆਉਂਦੇ ਰਹੋ ਜੀ ਉਸ ਤੋਂ ਬਾਅਦ ਮੇਰੇ ਮਨ ਚ ਆਇਆ ਜਿਵੇਂ ਤੁਸੀਂ ਕਹਿੰਦੇ ਸੀ ਘੱਟ ਗਿਣਤੀਆਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਚੀਜ਼ਾਂ ਤੋਂ ਪਰੇ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਬਟ ਮੇਰੇ ਮਨ ਚ ਆਇਆ ਕਿ ਆਮ ਬੰਦਾ ਇਸ ਦੇ ਉੱਤੇ ਜਾ ਕੇ ਕੀ ਕਰ ਸਕਦਾ ਹੈ ਫਿਰ ਮੇਰੇ ਮਨ ਚ ਆਇਆ ਕਿ ਅਸੀਂ ਵੱਧ ਤੋਂ ਵੱਧ ਇਹਦਾ ਇਹੀ ਵਿਰੋਧ ਕਰ ਸਕਦੇ ਹਾਂ ਕਿ ਮੈਂ ਆਪਣੀ ਫੇਸਬੁੱਕ ਤੇ ਜਾਂ ਆਪਣੇ ਵਟਸਐਪ ਦੇ ਉੱਤੇ ਜਾ ਕੇ ਇਹੋ ਜਿਹਾ ਸਟੇਟਸ ਤਾਂ ਇੰਨਾ ਕੁ ਤਾਂ ਪਾ ਸਕਦਾ ਜਿਹੜੇ ਮੇਰੇ ਲੋਕਾਂ ਨੂੰ ਆਮ ਤੌਰ ਤੇ ਕਿ ਮੈਂ ਸਿੱਖ ਹਾਂ ਡੈਮੋਕ੍ਰੇਸੀ ਚ ਰਹਿੰਦਾ ਹਾਂ ਡੈਮੋਕ੍ਰੇਸੀ ਚ ਬਿਲੀਵ ਕਰਦਾ ਹਾਂ ਬਟ ਮੈਂ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦਾ ਵਾਇਲੈਂਸ ਨੂੰ ਕਰਨ ਵਾਲਿਆਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੇਰੇ ਮਨ ਮੈਂ ਇਹੀ ਸੋਚ ਰਿਹਾ ਸੀ ਪਿਛਲੇ ਹਫਤੇ ਜਦੋਂ ਆਹ ਆ ਗਿਆ ਨਾ ਕਿਸੇ ਨੇ ਆਪਣੀ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਤੇ ਪਾਤਾ ਇਹੋ ਜਿਹਾ ਕੁਛ ਇੱਕ ਮੁੰਡੇ ਨੂੰ ਜਾ ਕੇ ਉੱਥੇ ਕੁੱਟਣ ਲੱਗ ਗਏ ਪਟਿਆਲੇ ਵਾਲੇ ਨੂੰ ਜਾ ਕੇ ਮਤਲਬ ਫੜਨ ਲੱਗ ਗਏ ਫਿਰ ਮੈਂ ਉਹਦੇ ਤੋਂ ਵੀ ਘਬਰਾ ਗਿਆ ਮੈਂ ਕਿਹਾ ਇਹ ਵੀ ਗਲਤ ਗੱਲ ਹੋ ਸਕਦੀ ਆ ਵੀ ਇਹਨਾਂ ਟਕਸਾਲੀਆਂ ਨੂੰ ਜਾਂ ਜਿਹੜੇ ਲੋਕ ਨੇ ਇਹ ਹੁੰਦੇ ਮਗਰ ਵੀ ਇਸ ਗੱਲ ਦੇ ਵੀ ਮਗਰ ਪੈ ਸਕਦੇ ਆ ਹਾਂਜੀ ਤੇ ਇੱਕ ਹੋਰ ਗੱਲ ਆ ਜਿਹੜੀ ਮਤਲਬ ਆਪਣੇ ਮਤਲਬ ਕਹਿ ਸਕਦੇ ਹਾਂ ਉਸ ਤੋਂ ਅਲੱਗ ਆ ਹੋ ਸਕਦਾ ਮੇਰੀ ਮੱਤ ਥੋੜੀ ਹੋਵੇ ਮੈਂ ਗੱਲ ਮਤਲਬ ਘੱਟ ਸਮਝ ਦੇ ਨਾਲ ਕਰਦਾ ਪਿਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਪਿੱਛੇ ਤੋਂ ਅਲੱਗ ਆ ਮੈਂ ਇੱਕ ਪਿੱਛੇ ਯੂਟਿਊਬ ਤੇ ਵੀਡੀਓ ਦੇਖੀ ਉਹਦੇ ਚ ਸੀ ਕਿ ਸਿੱਖਾਂ ਦਾ ਮੁਸਲਮਾਨਾਂ ਦੇ ਨਾਲ ਮਤਲਬ ਸਾਂਝ ਉਹਦੇ ਵਿੱਚ ਸੀ ਕਿ ਗੁਰੂ ਨਾਨਕ ਦੇ ਵੇਲੇ ਗੁਰੂ ਨਾਨਕ ਜੀ ਭਾਈ ਰਾਏ ਬੁਲਾਰ ਭਾਈ ਮਰਦਾਨਾ ਜਾਂ ਉਹ ਉੱਥੇ ਅਰਬ ਕੰਟਰੀ ਦੀ ਯਾਤਰਾ ਤੇ ਗਏ ਠੀਕ ਆ ਜੀ ਤੇ ਉਸ ਤੋਂ ਬਾਅਦ
ਅਲੱਗ ਅਲੱਗ ਗੁਰੂ ਸਾਹਿਬਾਂ ਦੇ ਨਾਲ, ਈਵਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਨਵੀ ਖਾਨ, ਗਣੀ ਖਾਨ ਤੇ ਹੋਰ ਬਹੁਤ ਸਾਰੇ ਸਿੱਖ, ਜਾਂ ਆਹ ਪੀਰ ਬੁੱਧੂ ਸ਼ਾਹ ਵਗੈਰਾ, ਠੀਕ ਹੈ ਜੀ, ਤੇ ਇਹਨਾਂ ਮਤਲਬ ਇਹਨਾਂ ਦੇ ਨਾਲ ਸਾਂਝ ਸੀ, ਠੀਕ ਹੈ ਜੀ। ਤੇ ਇਹ ਜਿਹੜੀ ਆਹ ਕਹਿੰਦੇ ਆ ਵੀ ਮਰਿਆਦਾ ਰੱਖੀ ਗਈ ਹੈ, ਰਹਿਤ ਮਰਿਆਦਾ, ਇਹ 47 ਤੋਂ ਪਹਿਲਾਂ ਹੀ ਬਣੀ ਹੈ ਜੀ, 100 ਸਾਲ ਹੋਏ ਨੇ। ਤੇ ਕੀ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਨੇ ਸੋਚਿਆ ਹੋਵੇ ਕਿ ਸਿੱਖ ਮੁਸਲਮਾਨਾਂ ਦੇ ਹੱਕ ਚ ਨਾ ਭੁਗਤ ਜਾਣ, ਤੇ ਇਸ ਦੇ ਲਈ ਜਿਹੜਾ ਹਲਾਲ ਹੈ ਇੱਕ ਤਰ੍ਹਾਂ ਦੇ ਨਾਲ ਇਹ ਵੀ ਨਾ ਆਇਆ ਹੋਵੇ ਵੀ ਇਹਨੂੰ ਵਰਜਿਤ ਜਿਹੜਾ ਕੀਤਾ ਗਿਆ ਸੀ, ਕਿਉਂਕਿ ਮਾਸ ਤਾਂ ਮਾਸ ਹੀ ਹੈ, ਬਰਾਬਰ ਹੀ ਆ ਗਿਆ, ਚਾਹੇ ਉਹ ਝਟਕਾ ਖਾ ਲਿਆ ਚਾਹੇ ਹਲਾਲ ਖਾ ਲਿਆ। ਹਿੰਦੁਸਤਾਨ ਜਦੋਂ ਉਹ ਇੱਕ ਇਹ ਵੀ ਪਰਿਭਾਸ਼ਾ ਸੁਣ ਲਈ ਮੈਂ ਇੱਕ ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਦੀ, ਮੈਂ ਇਹ ਵੀਡੀਓ ਸੁਣੀ ਕਿ ਹਲਾਲ ਉਹ ਹੈ ਜਦੋਂ ਉਹ ਕਲਮਾ ਪੜ੍ਹ ਕੇ ਵੱਢਦੇ ਆ, ਤੇ ਜਦੋਂ ਉਹ ਕਹਿੰਦਾ ਜੇ ਤੁਸੀਂ ਵੱਢਣਾ ਹੈ, ਝਟਕਾ ਕਰਨਾ ਹੈ, ਉਸ ਵੇਲੇ ਜੇ ਤੁਸੀਂ ਜਪਜੀ ਸਾਹਿਬ ਦੀ ਪੌੜੀ ਵੱਢ ਲੈਂਦੇ ਜਾਂ ਬੋਲੇ ਸੋਹਣੇ ਹੱਲ ਕਰ ਦਿੰਦੇ ਹੋ, ਉਹ ਵੀ ਤਾਂ ਇੱਕ ਤਰ੍ਹਾਂ ਦਾ ਹਲਾਲ ਹੋ ਗਿਆ, ਕਿਉਂਕਿ ਉਹ ਵੀ ਤਾਂ ਰੱਬ ਨੂੰ ਦੇਤਾ। ਤਾਂ ਇਹਦਾ ਮਤਲਬ ਇਹ ਗੱਲਾਂ ਮੇਰੇ ਮੈਂ ਇਹ ਤੁਹਾਡੇ ਵੱਲੋਂ ਨੀ ਕਹਿ ਰਿਹਾ, ਵੀ ਮੈਂ ਆਪਣੇ ਸਿਰ ਤੇ ਲੈ ਕੇ ਕਹਿ ਰਿਹਾ ਵੀ ਹਾਂ ਹੋ ਸਕਦਾ ਹੈ ਜਿਹੜਾ ਹਲਾਲ ਨੂੰ ਮਨਾ ਕੀਤਾ ਗਿਆ ਹੈ, ਇਹ ਵੀ ਇੱਕ ਤਰ੍ਹਾਂ ਨੂੰ ਇਹਨਾਂ ਦੀ ਸਾਂਝ ਆਪਸ ਚ ਨਾ ਪਈ ਰਵੇ, ਹੋ ਸਕਦਾ ਇਸ ਲਈ ਹੋਵੇ, ਕਿਉਂਕਿ ਬ੍ਰਾਹਮਣ ਜੀ ਦਿੱਤਾ ਹੋਇਆ ਝਟਕਾ ਤਾਂ ਖਾ ਸਕਦਾ ਹੈ, ਮੁਸਲਮਾਨ ਵਾਲਾ ਹਲਾਲ ਨਹੀਂ ਸੀ ਖਾ ਸਕਦੇ। ਚਾਹੇ ਮੈਂ ਵੈਸੇ ਖਾ ਵੀ ਆਇਆ, ਖਾ ਲੈਂਦਾ ਹੁਣ ਕਦੇ ਕਦੇ, ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਹਰਦੀਪ ਸਿੰਘ ਮੇਰਾ ਨਾਮ ਹੈ ਜੀ, ਬਟ ਵੈਸੇ ਜਨਰਲ ਗੱਲ ਕਰਦਾ, ਪੋਸੀਬਲ ਆ ਜੀ, ਹੋ ਸਕਦਾ। ਚੰਗਾ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ, ਥੈਂਕ ਯੂ। 107 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਗਾ ਬਈ ਮੈਨੂੰ ਕਿਸੇ ਨੇ ਤੁਹਾਡਾ ਪ੍ਰੋਗਰਾਮ ਰੈਕਮੈਂਡ ਕੀਤਾ ਸੀ ਸੁਣਨ ਵਾਸਤੇ, ਤੇ ਕੁਛ ਟਾਈਮ ਸੁਣਿਆ, ਵਧੀਆ ਲੱਗਿਆ, ਤੇ ਪਰ ਕਿਤੇ ਨਾ ਕਿਤੇ ਮੈਨੂੰ ਏਦਾਂ ਲੱਗਦਾ ਗਾ ਵੀ ਤੁਸੀਂ ਵੀ ਨਾ ਆਪਣੇ ਪ੍ਰੋਗਰਾਮ ਦੇ ਅੰਦਰ ਕੁਝ ਸਰੋਤੇ ਜਿਹੜੇ ਤੁਹਾਡੇ ਖਾਸ ਆ ਉਹੀ ਵਾਰ ਵਾਰ ਕਾਲ ਕਰਦੇ ਆ, ਘੰਟਾ ਘੰਟਾ ਉਹੀ ਜਬੜੀਆਂ ਮਾਰ ਕੇ ਤੁਰ ਜਾਂਦੇ ਆ। ਤਾਂ ਤੁਸੀਂ ਇਹ ਕੰਮ ਕਰੋ ਤਾਂ ਜਿਹਨੇ ਤੁਹਾਨੂੰ ਰਿਕਮੈਂਡ ਕੀਤਾ ਸੀ ਉਹਦੇ ਨਾਲ ਗੱਲ ਕਰ ਲਓ, ਤਾਂ ਇੱਥੇ ਜਬੜੀਆਂ ਕਿਤੇ ਮਾਰਨ ਆ ਗਏ। ਨਹੀਂ ਨਹੀਂ, ਉਹ ਘੰਟਾ ਘੰਟਾ ਜਿਹਾ ਇਹ ਤਾਂ ਕੀ ਮਤਲਬ ਹੋਇਆ? ਇੱਕ ਮਿੰਟ ਗੱਲ ਸੁਣ, ਕੋਈ ਚਾਹੀਦੀ ਗੱਲ ਵੀ ਕਰ ਲਓ, ਸਟੂਡੀਓ ਤੋਂ ਬਾਹਰ ਨਿਕਲਦੇ ਨਹੀਂ ਨਿਕਲਦੇ। ਇੱਕ ਮਿੰਟ ਗੱਲ ਸੁਣ, ਸਟੂਡੀਓ ਤੋਂ ਬਾਹਰ ਦੀ ਦੁਨੀਆ ਦੇ ਬਾਰੇ ਪਤਾ ਕੁਝ? ਇੱਕ ਮਿੰਟ ਗੱਲ ਸੁਣ, ਹੈਲੋ। ਨਹੀਂ ਜਿਹੜਾ ਉਹ ਇੱਕ ਮਿੰਟ, ਉਹ ਛੋਟਾ ਗਾ, ਤੂੰ ਵੱਡਾ, ਤੂੰ ਵੱਡਾ ਗਾ, ਓਏ ਓਏ ਤੂੰ ਗਧੀ ਆ, ਗਧੀ, ਮੇਰੀ ਗੱਲ ਸੁਣ। ਚੱਲ ਫਿਰ ਯਾਦ, ਇੱਕ ਤਾਂ ਗੱਲ ਸੁਣ ਲੈ ਮੇਰੀ, ਇੱਕ ਗੱਲ ਸੁਣ ਲੈ ਮੇਰੀ, ਇੱਕ ਗੱਲ ਤਾਂ ਸੁਣ ਲੈ। ਗੱਲ ਕੀ ਸੁਣਨੀ ਆ? ਤੇਰੇ ਤਾਂ ਮੈਂ ਮੂੰਹ ਚ ਪਾਉਣਾ, ਹੋਰ ਦੱਸ ਕੀ ਆ? ਤੇਰੇ ਮੂੰਹ ਚ ਪਾਵਾਂ ਕੀ? ਕਹਿੰਦਾ ਲੜਨਾ ਚਾਹੀਦਾ ਤੈਨੂੰ? ਚੱਲ ਤੈਨੂੰ ਬੰਦਾ, ਤੂੰ ਮੈਨੂੰ ਪਤਾ ਤੇਰਾ। ਇੱਕ ਮਿੰਟ, ਇੱਕ ਮਿੰਟ, ਹੈਲੋ, ਤੇਰਾ ਆਪਣਾ ਨਾਂ ਨਾਂ ਦੱਸੂਗਾ? ਹੈਲੋ, ਚੱਲ ਗਿਆ ਤੇਰੀ। ਮੈਂ ਹੁਣ ਮੈਂ ਕਹਿਣ ਲੱਗਾ ਸੀ ਤੈਨੂੰ, ਮੈਂ ਘਰੇ ਆ ਜਾਣਾ ਸੀ, ਇੱਕ ਵਾਰੀ ਐਡਰੈਸ ਦੇ ਦਿੰਦਾ ਨਾ ਮੈਨੂੰ, ਪਤਾ ਨਹੀਂ ਕਾਹਤੇ ਆ ਕੇ ਛੇੜਦੇ ਆ ਜਾਣੀਏ ਤਾਂ। ਮੈਨੂੰ ਜਿਹੜੇ ਨਾ ਮੈਨੂੰ ਆ ਕੇ ਇੱਦਾਂ ਕਹਿੰਦੇ ਵੀ ਠੰਡਾ ਰਿਹਾ ਕਰ, ਮੇਰਾ ਜੀ ਕਰਦਾ ਹੁੰਦਾ ਢਾ ਕੇ ਗੁੱਡਾ ਫੇਰਾਂ ਪਹਿਲਾਂ ਇਹਦੇ, ਮੈਂ ਤਾਂ ਟਕਸਾਲੀ ਨਹੀਂ ਹੁੰਦੀਆਂ ਗਾਲਾਂ ਖਾਂਦੇ ਜਿੰਨੇ, ਜਿੱਦਾਂ ਗਬਲੇ ਜੇ ਆ ਕੇ ਮੈਨੂੰ ਇੱਦਾਂ ਕਹਿਣ ਲੱਗ ਪਿਆ ਨਾ ਵੀਰ ਜੀ ਤੁਸੀਂ ਇੱਦਾਂ, ਮੈਂ ਕਿਹਾ ਮੇਰੇ ਜਿੰਨਾ ਬਰਦਾਸ਼ਤ ਯਾਰ ਕਿੱਥੇ ਕਰ ਲੈਣਾ ਤੁਸੀਂ ਜਾਣੀ। ਹੁਣ ਦੇਖ ਕਿੱਦਾਂ ਆਇਆ ਕਮੀਣਗੀ ਦੇ ਨਾਲ ਇੱਦਾਂ, ਹਨਾ, ਵੀ ਮੈਨੂੰ ਤੈਨੂੰ ਰਿਕਮੈਂਡ ਕੀਤਾ, ਤੈਨੂੰ ਪਤਾ ਲੱਗ ਗਿਆ ਵੀ ਯਾਰ ਕੁਛ ਨਹੀਂ ਇਹ ਤਾਂ, ਹਨਾ, ਬੰਦਾ ਹੁਣ ਜਾਵੇ। ਹੁਣ ਤੁਹਾਨੂੰ ਕਿਸੇ ਨੇ ਕਿਹਾ ਵੀ ਫਲਾਨੇ ਰੈਸਟੋਰੈਂਟ 'ਚ ਖਾਣਾ ਬਹੁਤ ਵਧੀਆ ਹੈ, ਹਨਾ, ਤੁਹਾਨੂੰ ਕਿਸੇ ਨੇ ਕਿਹਾ ਵੀ ਫਲਾਨੇ ਥੀਏਟਰ ਦੇ ਵਿੱਚ ਟਿਕਟ ਹੁੰਦੇ ਦੀ ਆ ਪਰ ਸੀਟਾਂ ਬਹੁਤ ਆਰਾਮਦਾਇਕ ਆ, ਤੁਸੀਂ ਗਏ ਹੋ ਸੀਟਾਂ ਨਕਮੀਆਂ ਨਿਕਲੀਆਂ, ਤੁਸੀਂ ਜਾ ਕੇ ਥੀਏਟਰ ਵਾਲੇ ਨਾਲ ਲੜੋਗੇ ਜਾਂ ਬੰਦੇ ਨੂੰ ਕਹੋਗੇ ਵੀ ਯਾਰ ਤੂੰ ਕਹਿੰਦਾ ਸੀ ਸੀਟਾਂ ਆਰਾਮਦਾਇਕ ਬਹੁਤ ਆ, ਉਹ ਤਾਂ ਚੰਗੀਆਂ ਨਹੀਂ ਹੈਗੀਆਂ, ਮੈਂ ਨਹੀਂ ਮੁੜ ਕੇ ਜਾਂਦਾ ਫਿਲਮ ਦੇਖਣ, ਬਸ ਤੂੰ ਮੈਨੂੰ ਕਿਹਾ ਸੀ ਵੀ ਰੈਸਟੋਰੈਂਟ 'ਚ ਖਾਣਾ ਬਹੁਤ ਵਧੀਆ, ਉਹ ਖਾਣਾ ਨਹੀਂ ਇੰਨਾ ਵਧੀਆ, ਮੈਂ ਨਹੀਂ ਮੁੜ, ਹੁਣ ਰੈਸਟੋਰੈਂਟ ਵਾਲਿਆਂ ਨਾਲ ਥੋੜਾ ਲੜੂੰਗੇ ਤੁਸੀਂ ਜਾ ਕੇ, ਤੈਨੂੰ ਅਗਲੇ ਨੇ ਕਿਹਾ ਵੀ ਰੇਡੀਓ ਸੁਣ ਲਾ, ਤੈਨੂੰ ਉਹ ਠੀਕ ਨਹੀਂ ਲੱਗਿਆ, ਹੈਨਾ, ਤੂੰ ਛੱਡ ਦੇ ਸੁਣਨਾ, ਚੱਲ ਜਾ ਹੋਰ ਕੁਛ ਕਰ ਲਾ ਜਾ ਕੇ। ਪਰ ਕਿੱਥੇ ਆਪਣਾ ਅਸਲਾ ਜਿਹੜਾ ਹੈ ਨਾ ਇਹ ਦਿਖਾਈ ਬਿਨਾ, ਇਹ ਬੰਦੇ ਦਾਵਾ ਕਰਦੇ ਵੀ ਅਸੀਂ ਬਾਬਾ ਦੀਪ ਸਿੰਘ ਇੱਦਾਂ ਸਾਡੇ ਹੋਏ, ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ, ਭਿੰਡਰਾਂਵਾਲਾ ਬਹੁਤ ਮਹਾਨ ਸੀ, ਆਹੀ ਮਹਾਨਤਾ ਤੁਹਾਡੀ? ਕੋਈ ਆਈਟਮ ਤਾਂ ਟਕਸਾਲੀਓ, ਬੇਨਤੀ ਆ ਤੁਹਾਨੂੰ, ਕੋਈ ਆਈਟਮ ਤਾਂ ਇੱਦਾਂ ਚੱਜਦੀ ਦਿਖਾ ਦਿਓ ਸਾਨੂੰ, ਇੱਦਾਂ ਬੰਦਾ ਟੇਸਟ ਨਹੀਂ ਕਰਦਾ ਹੁੰਦਾ ਮਠਿਆਈ ਦੁਕਾਨ 'ਤੇ ਖੜ ਕੇ, ਹੈ ਨਾ, ਅਗਲਾ ਕਹਿੰਦਾ ਸਾਰੀ ਸਾਰੀ ਮਠਿਆਈ ਖੋਏ ਦੀ ਆ ਜੀ,
ਉਹ ਕਹਿੰਦਾ ਅੱਛਾ ਲਿਆ ਖੜਾ ਇੱਕ ਪੀਸ ਖਾਦਾ ਕੋਈ ਤਾਂ ਹੋਵੇ ਜੇ ਚਖੋਏ ਦਾ ਸਵਾਦ ਆਉਂਦਾ ਤੁਹਾਡੀ ਮਹਾਨਤਾ ਤੁਹਾਡਾ ਬ੍ਰਹਮ ਗਿਆਨ ਤੁਹਾਡੀ ਗੁਰਬਾਣੀ ਤੁਹਾਡਾ ਸਬਰ ਤੁਹਾਡਾ ਯੋਧਾਪਣ ਤੁਸੀਂ ਕੋਈ ਚੀਜ਼ ਤਾਂ ਤੁਹਾਨੂੰ ਗੁਰਬਾਣੀ ਦਾ ਅਸਰ ਇਹ ਕਹਿੰਦੇ ਆ ਕਿ ਸਾਨੂੰ ਬਾਬਾ ਦੀਪ ਸਿੰਘ ਨੂੰ ਤੇ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਬਿਠਾ ਦਿੱਤਾ ਹਨਾ ਤੁਹਾਡਾ ਬੰਦਾ ਆਵੇ ਉਹ ਚੋ ਗੁਰਬਾਣੀ ਦਾ ਰਸ ਝਲਕਦਾ ਹੋਵੇ ਤੁਸੀਂ ਕਹਿੰਦੇ ਆ ਵੀ ਟਕਸਾਲ ਚੋ ਯੋਧੇ ਪੈਦਾ ਹੁੰਦੇ ਆ ਕੋਈ ਆਵੇ ਜਿਹਦੇ ਚੋ ਯੋਧਾਪਣ ਝਲਕਦਾ ਹੋਵੇ ਹਨਾ ਤੁਸੀਂ ਕਹਿੰਦੇ ਕੌਮ ਦਾ ਫਿਕਰ ਆ ਕੌਮੀ ਭਾਵਨਾ ਝਲਕਦੀ ਹੋਵੇ ਤੁਹਾਡੇ ਚੋ ਤੁਸੀਂ ਕਹਿੰਦੇ ਸਾਨੂੰ ਤਮੀਜ਼ ਬਹੁਤ ਆ ਇੱਦਾਂ ਤੁਸੀਂ ਮਰਜ਼ੀ ਨਾਲ ਹੀ ਆ ਕੇ ਸਾਰਾ ਚਲੋ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖਵਿੰਦਰ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਚਲੋ ਗੱਲ ਤਾਂ ਮੇਰੇ ਦਿਮਾਗ ਵਿੱਚ ਕੋਈ ਹੋਰ ਚੱਲ ਰਹੀ ਸੀਗੀ ਮੈਂ ਸੁਣਦੇ ਸੁਣਦੇ ਆ ਜਿਹੜਾ ਆਇਆ ਸੀ ਇੱਕ ਮੈਂ ਕਿਹਾ ਚੱਲ ਇਹਦੇ ਉੱਤੇ ਥੋੜਾ ਜਿਹਾ ਦੋ ਸਕਿੰਟ ਦਾ ਐਦਾਂ ਦਾ ਬੰਦੇ ਨੂੰ ਸਾਰੇ ਜਣੇ ਸਾਰੇ ਜਣੇ ਇੰਨਾ ਕੁ ਖਿਆਲ ਰੱਖਿਓ ਵੀ ਮਿੰਟ ਹੈਗੇ ਆਪਣੇ ਕੋਲ 14 ਤੇ 14 ਲਈ ਇੰਨਾ ਤੇ ਸਰੋਤੇ ਆਪਾਂ ਛੋਟੀ ਛੋਟੀ ਗੱਲ ਕਰਕੇ ਸਾਰੇ ਜਣੇ ਮੁਕਾਈ ਜਾਏ ਚਲੋ ਹਾਂਜੀ ਸਹੀ ਹੈ ਇਸ ਬੰਦੇ ਨੂੰ ਮੈਂ ਇੱਕ ਗੱਲ ਕਹਿੰਦਾ ਲਾਈਵ ਤੇ ਸੁਣਦਾ ਹੀ ਹੋਣਾ ਕਿ ਜਿਹੜੀਆਂ ਗੱਲਾਂ ਤੂੰ ਬੋਲ ਕੇ ਗਿਆ ਨਾ ਯਾਰ ਠੀਕ ਹੈ ਇਹੀ ਗੱਲਾਂ ਠੀਕ ਹੈ ਕੱਲ ਨੂੰ ਜੇ ਤੇਰਾ ਮੁੰਡਾ ਜਿਹੜੀ ਗੱਲਾਂ ਤੂੰ ਅੱਜ ਫੋਨ ਦੇ ਉੱਤੇ ਬੋਲ ਰਹੇ ਆ ਤੇ ਇੰਡੀਆ 'ਚ ਸਵੇਰ ਦਾ ਟਾਈਮ ਹੋਇਆ ਹੋਣਾ ਪਤਾ ਨੀ ਤੂੰ ਘਰੇ ਬੈਠਾ ਹੋਣਾ ਖਾ ਰਿਹਾ ਹੋਣਾ ਪਤਾ ਨੀ ਤੂੰ ਕਿਤੇ ਬਾਹਰ ਹੋਣਾ ਜੇ ਕਿਤੇ ਤੇਰਾ ਮੁੰਡਾ ਸੁਣ ਕੇ ਇਹੀ ਗੱਲ ਜਿਹੜੀ ਤੂੰ ਸਾਡੇ ਅੰਕਲ ਨੂੰ ਕਹਿ ਕੇ ਗਿਆ ਤੇਰਾ ਮੁੰਡਾ ਤੇਰੀ ਕੁੜੀ ਨੂੰ ਕਹਿ ਦੇ ਜਾਂ ਕਿਸੇ ਹੋਰ ਨੂੰ ਕਹਿ ਦੇ ਤੂੰ ਬਰਦਾਸ਼ਤ ਕਰ ਲਏਗਾ ਜੇ ਤੇਰੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਜੇ ਤੇਰੀ ਤਾਕਤ ਹੈਗੀ ਹੈ ਨਾ ਤਾਂ ਤੂੰ ਦੱਸ ਦੀ ਦੁਬਾਰਾ ਫੋਨ ਕਰਕੇ ਕਿ ਮੈਂ ਬਰਦਾਸ਼ਤ ਕਰ ਲੂੰਗਾ ਇਹਨੂੰ ਅਜੇ ਅਕਲ ਨਹੀਂ ਆਉਣੀ ਜਿਵੇਂ ਬੰਦਾ ਬੁੱਢਾ ਹੋ ਗਿਆ ਨਾ ਬਿਲਕੁਲ ਬਜ਼ੁਰਗ ਹੋ ਗਿਆ ਇਹਨੂੰ ਆਪਣੀ ਆਹ ਗੱਲਾਂ ਦੇ ਉੱਤੇ ਫਿਰ ਅਕਲ ਆਊਗੀ ਪਰ ਉਸ ਟਾਈਮ ਇਹ ਕਰ ਪੁੱਛ ਨਹੀਂ ਸਕਦਾ ਚੌਥੀ ਲੈਣ ਦੇ ਉੱਤੇ ਤੁਸੀਂ ਵਟਸਐਪ ਤੇ ਆਉਂਦੇ ਰਹੋ ਜੀ ਹੈਲੋ ਜੀ ਹੈਲੋ ਹਾਂਜੀ ਭਾਜੀ ਪਛਾਣਿਆ ਜੀ ਬੰਦਾ ਇਹ ਕੌਣ ਸੀ ਨਹੀਂ ਨਹੀਂ ਹੈਲੋ ਹੈਲੋ ਹਾਂਜੀ ਮੈਂ ਕਿਹਾ ਇਹ ਉਹ ਬੰਦਾ ਸੀਗਾ ਜੀ ਜਿਹੜਾ ਪੰਜਾਬ ਚ 400 ਦੀਆਂ 12 ਕੁਰਸੀਆਂ ਮਿਲਦੀਆਂ ਉਸ ਇੱਕ ਕੁਰਸੀ ਦੇ ਉੱਤੇ ਬਹਿ ਕੇ ਤੁਹਾਨੂੰ ਗਾਲਾ ਕੱਢਣ ਡਿਆ ਸੀ ਇੱਕ ਵਾਰੀ ਪਛਾਣਿਆ ਜੀ ਨਹੀਂ ਨਹੀਂ ਮੇਰੇ ਗੇਟ ਚ ਆਇਆ ਵੀਰਾ ਠੀਕ ਹੈ ਬਸ ਤੁਸੀਂ ਨਹੀਂ ਪਛਾਣਿਆ ਪਰ ਆਪਾਂ ਇਹਦੀ ਆਵਾਜ਼ ਨਾ ਆਪਣੇ ਵੋਇਸ ਰਿਕਾਰਡਰ ਦੇ ਵਿੱਚ ਰਿਕਾਰਡ ਕਰਕੇ ਰੱਖੀ ਹੈ ਦਿਮਾਗ ਵਾਲੀ ਮੈਮਰੀ ਚ ਤੇ ਜਦੋਂ ਕਦੇ ਟੱਕਰ ਗਿਆ ਨਾ ਤੇ ਉਹ 24988 ਇਹਦੇ ਦੇ ਇਹੋ ਜਿਹੀਆਂ ਭਰਾਉਣੀਆਂ ਆ ਸ਼ਾਇਦ ਸੁਣਦਾ ਵੀ ਹੋਵੇ ਚਲੋ ਅਸੀਂ ਉਹਨੂੰ ਅਸੀਂ ਐਪੀਸੋਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਣਾਤੀਆਂ ਸੀ ਵਿਆਹ ਚੱਕੋ ਇਹਨੂੰ ਜ਼ਿਆਦਾ ਇਹਨੂੰ ਤਕਲੀਫ ਹੋਈ ਆ ਵੀ ਤੂੰ ਅਕਲ ਦੀ ਕੋਈ ਗੱਲ ਤਾਂ ਕਰ ਜੇ ਅਸੀਂ ਕਰਦੇ ਆ ਗੱਲ ਜੇ ਸਾਡੀਆਂ 20 ਮਿੰਟ ਦੀਆਂ ਤੈਨੂੰ ਚੁੱਭਦੀਆਂ ਆ ਜਾਂ ਅੱਧੇ ਘੰਟੇ ਦੀਆਂ ਤੈਨੂੰ ਚੁੱਭਦੀਆਂ ਆ ਤੂੰ ਗੱਲ ਤਾਂ ਕਰ ਆਪਣੀ ਅਕਲ ਨਾਲ ਕੋਈ ਦਿਖਾ ਤਾਂ ਸਹੀ ਤੂੰ ਆਪਣੀ ਕੋਈ ਕਰਤੂਤ ਕੋਈ ਅਕਲ ਕੋਈ ਮਤਲਬ ਵਿਦਵਾਨ ਤਾਂ ਕੋਈ ਦਿਖਾ ਤਾਂ ਸਹੀ ਨਹੀਂ ਉਹ ਕਹਿੰਦੇ ਆ ਵੀ ਤੁਸੀਂ ਇੱਦਾਂ 20-20 ਮਿੰਟ ਅਕਲ ਦੀਆਂ ਗੱਲਾਂ ਨਾ ਕਰੀ ਜਾਵੇ ਤਾਂ ਸਾਡੇ ਗਾਲੀ ਗਲੋਚ ਕਰੋ ਬਸ ਇਹਨੂੰ ਪੁੱਛੇ ਵੀ ਜੇ ਵੈਸੇ ਮੈਂ ਕਿਸੇ ਦੀ ਧੀ ਭੈਣ ਦੇ ਉੱਤੇ ਬਿਲਕੁਲ ਭਾਜੀ ਅੱਜ ਤੱਕ ਕੋਈ ਕਮੈਂਟ ਨਹੀਂ ਕੀਤਾ ਨਾ ਕਿਸੇ ਦੀ ਮੇਰੀ ਮਾਂ ਨੂੰ ਅੱਜ ਤੱਕ ਲੰਮਾ ਕੋਈ ਨੀ ਇਹੋ ਜਿਹਾ ਪਰ ਇਸ ਬੰਦੇ ਨੂੰ ਜ਼ਰੂਰ ਪੁੱਛਣਾ ਚਾਹਾਂਗੇ ਵੀ ਤੂੰ ਆਪਣੀ ਧੀ ਦੇ ਸਾਹਮਣੇ ਇੰਨੀ ਗੱਲ ਕਹਿ ਸਕਦਾ ਕਿਸੇ ਨੂੰ ਕਹਿ ਦੇਣਾ ਇਸ ਵੇਲੇ ਰੇਡੀਓ ਤੇ ਪਤਾ ਨੀ ਕਿੰਨੀਆਂ ਧੀਆਂ ਭੈਣਾਂ ਇਸ ਵੇਲੇ ਸੁਣ ਰਹੀਆਂ ਸਾਡੀਆਂ ਕਰ ਦੇਣਾ ਇਹਨਾਂ ਦੇ ਕੋਲ ਕੋਈ ਰਿਆਇਤ ਨੀ ਇਹਨਾਂ ਦੇ ਕੋਲ ਸਭ ਯਕੀਨ ਹੈ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਭਾਜੀ ਨਾ ਕੱਲ ਤੁਸੀਂ ਗੱਲ ਕੀਤੀ ਸੀ ਬਈ ਇਹ ਆ ਜਿਹੜੇ ਕੜਾਖਾਣੇ ਕੀਰਤਨੀਏ ਆ ਪੰਕਚੁਅਲ ਨੀ ਹੈਗੇ ਇਹ ਤੇ ਡੇਢ ਘੰਟਾ ਵੀ ਦੋ ਘੰਟੇ ਵੀ ਲੇਟ ਹੋ ਜਾਂਦੇ ਪ੍ਰੋਗਰਾਮ ਵੀ ਮਿਸ ਕਰ ਦਿੰਦੇ ਆ
ਉਹ ਇੱਕ ਆਪਣਾ ਪਰਸਨਲੀ ਸ਼ੇਅਰ ਕਰਨਾ ਜੀ ਤੁਹਾਡੇ ਨਾਲ। ਦੋ ਕੁ ਮਿੰਟ ਚਾਹੀਦੇ ਜੀ। ਠੀਕ ਹੈ ਜੀ, ਕੋਈ ਗੱਲ ਨੀ। ਮੈਂ ਵਿਹਲੇ ਬੈਠੇ ਨੇ ਯਾਰੋ ਸੀ, ਇੱਕ ਪੰਗਾ ਸਹੇੜ ਲਿਆ, ਕੀਰਤਨ ਕਰਨੇ ਕੜਾਹ ਖਾਣੇ ਬਾਬਿਆਂ ਨੂੰ ਛੇੜ ਲਿਆ। ਮੈਂ ਆਖਿਆ ਬਾਬਾ ਜੀ ਮੇਰੇ ਘਰ ਕਾਕਾ ਹੋਇਆ ਏ, ਟੱਬਰ ਮੇਰੇ ਨੇ ਦਰਾਂ ਦੇ ਵਿੱਚ ਕਦੋਂ ਦਾ ਤੇਲ ਪਿਆ ਚੋਇਆ ਏ, ਆਉਣਾ ਸੀ ਤੁਸੀਂ 10 ਵਜੇ, ਹੁਣ ਵੱਜ ਹੈ 1:30 ਗਿਆ। ਮੈਂ ਵਿਹਲੇ ਬੈਠੇ ਨੇ ਯਾਰੋ ਸੀ, ਇੱਕ ਪੰਗਾ ਸਹੇੜ ਲਿਆ, ਡਾਲਰ ਖਾਤੇ ਵਿੱਚ ਪਹਿਲਾਂ ਹੀ ਤੁਸਾਂ ਪਵਾ ਲਏ ਨੇ, ਇਸ ਗੱਲੋਂ ਹੈ ਬਾਬਾ ਜੀ ਸਾਰੇ ਸਕੀਮੀ ਬਾਹਲੇ ਨੇ। ਗੱਲ ਸੁਣ, ਇੰਨੀ ਬਾਬਿਆਂ ਆਪਣਾ ਦਮਾਲਾ ਹੀ ਦੇੜ ਲਿਆ, ਮੈਂ ਵਿਹਲੇ ਬੈਠੇ ਨੇ ਯਾਰੋ ਸੀ ਇੱਕ ਪੰਗਾ ਸਹੇੜ ਲਿਆ, ਇੰਨੀ ਗੱਲ ਤੋਂ ਡਾਊਨ ਟਾਊਨ ਵਿੱਚ ਪਏ ਖਿਲਾਰੇ ਜੀ, ਭੂਸਰੇ ਸਾਨਾ ਵਾਂਗੂ ਮੇਰੇ ਵੱਲ ਵੇਖਣ ਸਾਰੇ ਜੀ। ਸਮਝ ਗਿਆ ਮੈਂ, ਮੇਰੇ ਤੇ ਚੱਲ ਸ਼ਨੀ ਦਾ ਗੇੜ ਗਿਆ, ਮੈਂ ਵਿਹਲੇ ਬੈਠੇ ਨੇ ਯਾਰੋ ਸੀ ਇੱਕ ਪੰਗਾ ਸਹੇੜ ਲਿਆ, ਸੂਝਵਾਨ ਕਈ ਆਖਣ ਹੱਥ ਜੋੜ ਮੰਗ ਲਓ ਮਾਫ਼ੀ ਜੀ, ਪਰ ਬਾਬੇ ਆਖਣ ਇੰਨਾ ਏਦਾਂ ਕਿੱਦਾਂ, ਇੰਨਾ ਨਹੀਂ ਹੈ ਕਾਫ਼ੀ ਜੀ। ਬਾਬਿਆਂ ਆਪਣਾ ਇੱਜ਼ਤੀ ਟੱਟੂ ਧੂੜ ਚ ਰੇੜ ਲਿਆ, ਮੈਂ ਵਿਹਲੇ ਬੈਠੇ ਨੇ ਯਾਰੋ ਸੀ ਇੱਕ ਪੰਗਾ ਸਹੇੜ ਲਿਆ, ਕੀਰਤਨ ਕਰਨੇ ਵਾਲੇ ਤੇ ਕੜਾ ਖਾਣਿਆਂ ਨੂੰ ਛੇੜ ਲਿਆ। ਗੱਲ ਹੋਈ ਸੀ 25 ਲੱਖ ਦੇਣਾ ਪੈ ਗਿਆ ਜੀ, ਫੇਰ ਦੱਸਾਂਗੇ ਤੈਨੂੰ, ਟੋਲਾ ਜਾਂਦਾ ਕਹਿ ਗਿਆ ਜੀ, ਜਾਨ ਮੇਰੀ ਨੂੰ ਯਾਰੋ ਨਵਾਂ ਹੀ ਪੈ ਬਖੇੜ ਗਿਆ, ਮੈਂ ਵਿਹਲੇ ਬੈਠੇ ਨੇ ਯਾਰੋ ਸੀ ਇੱਕ ਪੰਗਾ ਸਹੇੜ ਲਿਆ। ਮਿਹਨਤ ਹੈ USB ਲਾ ਕੇ ਤੁਸੀਂ ਵੀ ਸ਼ਬਦ ਪਾਠ ਕਰ ਲਓ, ਲੋੜ ਨੀ ਬੂਬਨਿਆ ਵੀ, ਸਾਨੂੰ ਆਪੇ ਸਹਿਜ ਪਾਠ ਧਰ ਲਓ, ਬੇਅਦਬੀ ਦੇ ਫਾਹੇ ਨੂੰ ਮੈਂ ਵੀ ਅੱਜ ਸਹੇੜ ਰਿਹਾ, ਮੈਂ ਵਿਹਲੇ ਬੈਠੇ ਨੇ ਯਾਰੋ ਸੀ ਇੱਕ ਪੰਗਾ ਸਹੇੜ ਲਿਆ, ਕੀਰਤਨ ਕਰਨੇ ਤੇ ਕੜਾਹ ਖਾਣੇ ਬਾਜਾ ਵਜਾਉਣੇ ਬਾਬਿਆਂ ਨੂੰ ਛੇੜ ਲਿਆ। ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ, ਥੈਂਕ ਯੂ ਜੀ। 107 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਉਲਟਾ ਬੰਦੇ ਨੂੰ ਸਵਾਲ ਕਰ ਦੇਣਾ, ਜਦ ਸਾਡੀ ਦਾ ਨਿਕਲ ਗਈ ਤੁਹਾਡੀ ਦੇ ਪੇਪਰਾਂ ਚ ਨੰਬਰ ਘੱਟ ਆਏ। ਧੰਨਵਾਦ ਜੀ, ਸਾਡੇ ਨਾਲ ਇੱਕ ਸਰੋਤੇ ਹੋ ਰਿਹਾ, ਆਪਾਂ ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ। ਹਾਂਜੀ, ਤੁਸੀਂ ਆਉਂਦੇ ਰਹੋ ਜੀ ਆਸਟ੍ਰੇਲੀਆ ਤੋਂ। ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਗੁਰਪ੍ਰੀਤ ਬੋਲਦਾ ਜੀ। ਹਾਂਜੀ ਬਾਈ ਜੀ, ਮੈਂ ਤੁਹਾਨੂੰ ਐਂ ਕਹਿੰਦਾ ਵੀ ਇੰਨਾ ਉਹਦੇ ਪ੍ਰੋਗਰਾਮ ਚੱਲਦਾ, ਅਜਨਾਲੇ ਦਾ ਉਹ ਆਇਆ ਸੀਗਾ ਮੁੰਡਾ ਜਿਹਾ, ਲੱਗਦਾ ਉਹਨੂੰ ਅਜਨਾਲੇ ਦਾ ਹੀ ਇਹ ਗਰੁੱਪ ਦਾ, ਜਿਹੜੀ ਭਕਾਈ ਮਾਰ ਕੇ ਇਹਨੂੰ ਕਹਿ ਵੀ ਚਾਹੇ ਅਸੀਂ 4-5 ਰੁਕਤੇ ਹੀ ਆ, ਕਿ ਤੁਹਾਨੂੰ ਕਿਉਂ ਤੁਹਾਡੀਆਂ ਤੁਹਾਡੀਆਂ ਨੀਂਦ ਕਿਉਂ ਹਰਾਮ ਹੋਈ ਪਈ ਆ, ਚਾਹੇ ਤਾਂ ਥੋੜੇ ਜਿਹੇ ਆ, ਚਾਹੇ ਉਹੀ ਬੰਦੇ ਅੱਗੇ ਉਹੀ ਗੱਲਾਂ ਕਰਦੇ ਆ, ਤੁਹਾਨੂੰ ਪ੍ਰੋਬਲਮ ਕੀ ਆ? ਨਾ ਤਾਂ ਉਹ ਬੰਦੇ ਆਪਦਾ ਫੇਸ ਆਈ ਡੀ ਦੱਸਦੇ ਨੇ, ਨਾ ਹੀ ਉਹ ਬੰਦੇ ਆਪਦੀ ਆਹ ਦੱਸਦੇ ਕਿਹੜੇ ਫੋਨ ਤੋਂ, ਫਿਰ ਫੋਨ ਪ੍ਰਾਈਵੇਟ ਕਰਕੇ ਗੱਲ ਕਰਦੇ ਆ, ਮੈਂ ਜੀ ਪ੍ਰਾਈਵੇਟ ਨੰਬਰ ਤਾਂ ਦੇ ਕਰਕੇ ਕਰ ਲਓ ਗੱਲ, ਇੰਨਾ ਗੁੱਸਾ ਚੜ੍ਹਦਾ ਹੁੰਦਾ ਇਹਨਾਂ ਤੇ, ਇੰਨਾ ਗੁੱਸਾ ਚੜ੍ਹਦਾ ਹੁੰਦਾ ਵੀ ਕਿਉਂ ਤੁਸੀਂ ਚੱਕਰਾਂ ਮਾਰਨ ਆਉਂਦਾ ਜੀ ਚੱਕਰਾਂ, ਬਾ ਅਖੀਰਲਾ ਸਾਹ ਨੀ ਹੁੰਦਾ ਜੀ ਬੰਦੇ ਦਾ, ਅਖੀਰਲੇ ਸਾਹ ਨੀ ਹੁੰਦਾ ਲੈਂਦਾ ਬੰਦਾ, ਬਸ ਉਹ ਹਾਲ ਆ ਇਹਨਾਂ ਦੀ। ਨਹੀਂ ਨਹੀਂ ਉਹ ਤਾਂ ਕਰਨਗੇ ਵੀਰਾ, ਇੱਦਾਂ ਹੀ ਆ, ਨਹੀਂ ਨਹੀਂ ਦੇਖ ਵੀਰਾ, ਜਿਹੜਾ ਨਾ ਜਿਹੜੇ ਨਾ ਦੁਨੀਆਂ ਦੇ ਵਿੱਚ ਤੁਹਾਨੂੰ ਬੰਦੇ ਬਹੁਤ ਦਿਲਚਸਪ ਅਹੁਦਿਆਂ ਤੇ ਦਿਲਚਸਪ ਨਾਂ ਬਣਾ ਕੇ
ਵਧੀਆ ਵਧੀਆ ਥਾਵਾਂ ਤੇ ਚੰਗੇ ਚੰਗੇ ਪੁਰਸਕਾਰ ਲੈ ਕੇ ਬੈਠੇ ਦੀਦੇ ਆ ਅੱਜ। ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋਗੇ ਤੇ ਉਹਨਾਂ ਨੇ ਬਹੁਤ ਅਕਾਊ ਕੰਮ ਕੀਤੇ ਹੁੰਦੇ ਜ਼ਿੰਦਗੀ, ਜਿਹਨਾਂ ਨੂੰ ਕੋਈ ਨਹੀਂ ਕਰਦਾ ਹੁੰਦਾ। ਜਿਹੜੇ ਜਿਹੜੇ ਉਹਨੇ ਉਹ ਦੁੱਖ ਝੱਲੇ ਹੁੰਦੇ ਜਿਹੜੇ ਸਹਿਣਯੋਗ ਵੀ ਨਹੀਂ ਹੁੰਦੇ। ਜੇ ਤੁਸੀਂ ਨਾ ਜੇ ਮੌਜ ਮਸਤੀ ਕਰੂਗੇ ਤੁਸੀਂ ਹਨਾ, ਉਹਦੇ ਚੋਂ ਪੁਰਸਕਾਰ ਥੋੜੇ ਮਿਲੂਗੇ ਤੁਹਾਨੂੰ, ਕੋਈ ਨਾ ਹੋਊਗਾ ਤੁਹਾਡਾ ਉੱਥੇ। ਸੌਖੇ ਕੰਮ ਕਰਨ ਲਈ ਸਾਰੀ ਦੁਨੀਆਂ ਬੈਠੀ ਆ, ਐਟੀਚਿਊਡ ਇਹ ਹੋਣਾ ਚਾਹੀਦਾ ਤੁਹਾਡਾ। ਜਿਹਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਉਹਨੂੰ ਕਰਕੇ ਦਿਖਾਲੋ। ਪੰਜਵੇਂ ਪਾਤਸ਼ਾਹ ਨੂੰ ਮਹਾਨ ਕਾਹਤੇ ਮੰਨਦੇ ਹਾਂ ਅਸੀਂ? ਜੇ ਜਹਾਂਗੀਰ ਨੇ ਬਹੁਤ ਵਧੀਆ ਚਿੱਟੀ ਚਾਦਰ ਵਿਛਾ ਕੇ ਵਧੀਆ ਗਧੇਲੇ ਦੇ ਉੱਤੇ ਬਿਠਾਇਆ ਹੁੰਦਾ ਇੱਦਾਂ ਹਨਾ, ਸਿਆਲਾ ਨੂੰ ਮਤਲਬ ਜੂਨ ਮਹੀਨਾ ਆ ਉਸ ਵੇਲੇ ਪੱਖਾ ਲੱਗਾ ਹੁੰਦਾ ਇੱਦਾਂ, ਤੇ ਫਿਰ ਇੱਦਾਂ ਕਰਦੇ ਵੀ ਦੇਖੋ ਜੀ ਬਾਦਸ਼ਾਹ ਨੇ ਬੈੱਡ ਤੇ ਬਿਠਾਇਆ ਉਹਨਾਂ ਨੂੰ, ਫਿਰ ਕੀ ਕਹਿੰਦੇ, ਸ਼ਹੀਦ ਕਹਿੰਦੇ ਜਾਂ ਗਦਾਰ ਕਹਿੰਦੇ ਅਸੀਂ? ਕੌਮ ਦੇ ਆਗੂ ਕਿੱਦਾਂ ਬਣੇ ਉਹ? ਠੀਕ ਹੈ, ਇਸ ਕਰਕੇ ਇੱਦਾਂ ਉਹ ਚੀਜ਼ ਨਹੀਂ, ਸ਼ਮਤਾ ਹੈਗੀ ਆ ਸਾਡੇ ਤੁਹਾਡੇ ਸਾਰਿਆਂ ਵਿੱਚ, ਪਰ ਅਸੀਂ ਅਸੀਂ ਡਰ ਜਾਂਦੇ ਹਾਂ, ਅਸੀਂ ਤਰਵਕ ਜਾਂਦੇ ਹਾਂ, ਅਸੀਂ ਸਹਿਮ ਜਾਂਦੇ ਹਾਂ, ਜਿਸ ਕਰਕੇ ਜਿਹੜੇ ਬੇਈਮਾਨ ਬੰਦੇ ਆ ਉਹ ਕਹਾਣੀਆਂ ਜੋੜ ਜੋੜ ਕੇ ਅੱਗੇ ਨਿਕਲ ਜਾਂਦੇ ਆ ਆਪਣੇ ਨਾਂ ਨਾਲ, ਝੂਠੀਆਂ ਕਹਾਣੀਆਂ ਜੋੜ ਲੈਂਦੇ ਆ। ਬਿਲਕੁਲ ਜੀ, ਹੁਣ ਆ ਬਾਬਾ ਦੀਪ ਸਿੰਘ ਵਾਲੀ ਗੱਲ ਆ, ਜੇ ਕਿਸੇ ਨੇ ਉੱਠ ਕੇ ਆਵਾਜ਼ ਉੱਚੀ ਕਰਕੇ ਗੁਰਦੁਆਰਾ ਸੁਧਾਰ ਲੈ ਰਿਹਾ, ਉਦੋਂ ਜੇ ਕੋਈ ਖੜ ਜਾਂਦਾ ਇੱਦਾਂ ਇਹਨਾਂ ਮੂਹਰੇ, ਤੇ ਕੀ ਕਰਨ ਲੱਗੇ ਤੁਸੀਂ? ਕਾਹਤੇ ਮਰਾਉਣ ਲੱਗੇ ਲੋਕਾਂ ਨੂੰ? ਸਹੀ ਗੱਲ ਆ, ਬਿਲਕੁਲ। ਦੇਖੋ ਜੀ, ਬੰਦਾ ਸਿੰਘ ਬਹਾਦਰ ਦੀ ਕਿੰਨੀ ਬੜੀ ਸ਼ਹੀਦੀ ਆ, ਇਹ ਜਦੋਂ ਬੰਦਾ ਸਿੰਘ ਬਹਾਦਰ ਲੜਦਾ ਸੀ ਉਹਦੇ ਵੀ ਦੀਪ ਸਿੰਘ ਹੋਊਗਾ ਹੀ ਕਿਤੇ ਨਾ ਨਾ, ਆਹ ਜਾਂ ਤਾਂ ਕਹਿ ਦੇਣ ਉਸ ਵੇਲੇ ਭੋਰੇ ਚ ਗਿਆ ਸੀ ਕਿਤੇ। ਹਾਂ ਹਾਂ, ਵੀ ਭੋਰੇ ਚ ਬੈਠਾ ਹੋਊਗਾ। ਉਹਦਾ ਹੱਥਾਂ ਚ ਚੂੜੀਆਂ ਪਾ ਕੇ ਅੰਦਰ ਬੈਠਾ ਹੋਊਗਾ। ਨਹੀਂ ਨਹੀਂ, ਪਤਾ ਕੀ ਅਸਲੀਅਤ ਇਹ ਆ, ਇਹ ਬੰਦੇ ਉਸ ਵੇਲੇ ਸਰਕਾਰ ਨਾਲ ਮਿਲ ਕੇ ਚੱਲਦੇ ਸੀ। ਠੀਕ ਜੀ, ਭਾਈ ਮਨੀ ਸਿੰਘ ਦੀ ਸ਼ਹੀਦੀ ਵਿੱਚ ਵੀ ਇਹਨਾਂ ਦਾ ਹੱਥ ਆ। ਇਹਨਾਂ ਨੇ 6ਵੇਂ ਪਾਤਸ਼ਾਹ ਦੇ ਦਰਬਾਰ ਸਾਹਿਬ ਛੱਡਣ ਤੋਂ ਬਾਅਦ ਇਹ ਟਕਸਾਲੀ ਲਾਣੇ ਨੇ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਮੈਨੇਜ ਕੀਤਾ ਕਿ ਸਰਕਾਰ ਦਾ ਹਿੱਸਾ ਪੱਤੀ ਜੋ ਸੀ ਉਹਨਾਂ ਨੂੰ ਦਿੰਦੇ ਰਹੇ ਆ। ਉਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਜਿਹੜੀ ਇਨਕਲਾਬੀ ਸੁਰ ਸੀ, ਜਿਹੜੀ ਵਿਦਰੋਹ ਦੀ ਸੁਰ ਸੀ ਉੱਠ ਰਹੀ, ਉਹ ਦੱਬ ਹੋ ਗਈ ਆ। ਭਾਈ ਮਨੀ ਸਿੰਘ ਨੇ 10ਵੇਂ ਪਾਤਸ਼ਾਹ ਕੋਲੋਂ ਗਏ ਹੋਣੇ ਆ, ਉਹਨੇ ਜਾ ਕੇ ਝਾੜਾਂ ਪਈਆਂ ਹੋਣੀਆਂ, ਕੋੜੀ ਉਹ ਕੀ ਕਰਨ ਲੱਗੇ ਹੋ? ਇਹਨੇ ਉਹਨਾਂ ਨੂੰ ਕਿਹਾ ਹੋਣਾ ਵੀ ਚੱਕ ਕੇ ਇਹਨੂੰ ਸ਼ਹੀਦ ਬਣਾ ਪਹਿਲਾਂ, ਇਹਦੀ ਫੋਟੋ ਵੱਡੀ ਸਾਰੀ ਲਾ ਕੇ ਇਹਦੇ ਨਾਂ ਤੇ ਖੋਲੀਏ ਟਕਸਾਲ, ਇਹਦੀ ਕਰਾਈਏ ਪੂਜਾ, ਨਹੀਂ ਤਾਂ ਇਹਨੂੰ ਦੁਖੀ ਕਰੀ ਜਾਣਾ ਸਾਨੂੰ। ਪੁਜਾਰੀ ਕਹਿੰਦਾ ਹੋਣਾ ਵੀ ਜਿੱਦਾਂ ਪੰਜਵੇਂ ਪਾਤਸ਼ਾਹ ਦਾ ਇੱਦਾਂ ਸ਼ਹੀਦੀ ਪੁਰਬ ਮਨਾਉਂਦੇ, ਇਹਦਾ ਵੀ ਮਨਾਇਆ ਕਰਾਂਗੇ ਅਸੀਂ, ਚੱਕ ਇਹਨੂੰ ਤੂੰ, ਹਨਾ। ਬਿਲਕੁਲ ਜੀ, ਨਹੀਂ ਨਹੀਂ, ਉਹ ਸਾਰਾ ਸਾਰਾ ਜਾਲਾ ਯੁੱਧ ਹੈ। ਚਲੋ ਥੈਂਕ ਯੂ ਵੀਰੇ, ਸਾਡੇ ਨਾਲ ਦੋਹਾਂ ਲਾਈਨਾਂ ਤੇ ਸਰੋਤੇ ਆ। 108 ਤੇ ਤੁਸੀਂ ਪਹਿਲਾਂ ਗੱਲ ਕਰਨੀ ਆ ਜੀ? ਹਾਂਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਸ ਛੋਟੀ ਜਿਹੀ ਗੱਲ ਕਰਨੀ ਭਾਜੀ, ਆ ਜਿਹੜਾ ਆਇਆ ਸੀਗਾ ਨਾ ਗਾਲਾਂ ਕੱਢਣ, ਤੁਸੀਂ ਇਹ ਨੋਟ ਕਰੋ ਵੀ ਇਹ ਬੰਦੇ 1-20 ਪ੍ਰੋਗਰਾਮ ਤੁਹਾਡਾ ਮਿਸ ਨਹੀਂ ਕਰਦੇ। ਆਪਣਾ ਤੇ ਆਪਣੇ 3-4 ਵੀਕ ਪਹਿਲਾਂ ਆਪਣੇ ਆਪਣੇ ਮੋਂਟਰੀਅਲ ਵਾਲੇ ਭਾਜੀ ਸਤਨਾਮ ਸਿੰਘ ਉਹਨਾਂ ਨੇ ਕਿਹਾ ਸੀ ਕਿ ਜਿੰਦਾ ਸ਼ਹੀਦ ਨਹੀਂ ਹੁੰਦੇ, ਤੇ ਮੈਂ ਉਹਨਾਂ ਨੂੰ ਵੀ ਹੁਣ ਸੰਬੋਧਿਤ ਕਰਕੇ ਕਹਿ ਰਿਹਾ ਵੀ ਜਿੰਦਾ ਸ਼ਹੀਦ ਹੁੰਦੇ ਆ, ਹੁਣ ਤੁਸੀਂ ਸੁਣਿਆ ਵੀ ਕਿੱਦਾਂ ਦੇ ਹੁੰਦੇ ਆ। ਇਹ ਮੇਰੀ ਜਿਹੜੀ ਛੋਟੀ ਜਿਹੀ ਕਹਾਣੀ, ਇਹਦਾ ਟਾਈਟਲ ਸ਼ੀਰਕ ਹੈਗਾ ਜੀ, ਜਿੰਦਾ ਸ਼ਹੀਦ ਚਲਿੱਤਰੀ। ਉਹ ਇੱਕ ਵਾਰੀ ਕਿਸੇ ਰਾਜੇ ਦੇ ਰਾਜ ਵਿੱਚ ਜੰਗ ਲੱਗ ਗਈ ਜੀ, ਤੇ ਉਹਦੀ ਫੌਜ ਮਰ ਰਹੀ ਸੀ, ਤੇ ਉਹਨਾਂ ਨੇ ਹੁਕਮ ਕਰ ਦਿੱਤਾ ਵੀ ਘਰ ਪਰਤੀ ਇੱਕ ਬੰਦੇ ਨੂੰ ਜੰਗ ਲੜਨੀ ਪਊਗੀ, ਜੇ ਤੇ ਉਹ ਬਚ ਗਿਆ ਤੇ ਠੀਕ ਆ ਉਹ ਸ਼ਹੀਦ ਕਲਾਊਗਾ, ਜੇ ਉਹ ਮਰ ਗਿਆ ਤੇ ਉਹ ਫੇਰ ਸ਼ਹੀਦ ਹੋਣਾ ਹੀ ਹੋਣਾ ਜੀ। ਏਦਾਂ ਹੀ ਕੋਈ ਬੰਦਾ ਸੀਗਾ ਜੀ, ਉਹਨੂੰ ਉਹਦੇ ਨਵਾਂ ਨਵੀਂ ਸ਼ਾਦੀ ਹੋਈ ਸੀ, ਤੇ ਉਹਦੇ ਨਾਲ ਉਹਨਾਂ ਦੀ ਜਦੋਂ ਵਾਰੀ ਆ ਗਈ, ਜਿੱਦਾਂ ਆਪਣੇ ਪਿੰਡਾਂ ਚ ਪਹਿਰਾ ਲੱਗਦਾ ਨਾ, ਵਾਰੀ ਸਿਰ ਪਹਿਰਾ ਲੱਗਦਾ ਹੁੰਦਾ ਤੁਹਾਨੂੰ ਪਤਾ ਹੀ ਹੋਣਾ ਜੀ, ਤੇ
ਉਹਨੂੰ ਕਹਿੰਦੇ ਵੀ ਤੇਰੇ ਅੱਜ ਵਾਰੀ ਆ ਜੰਗ ਲੜਨ ਦੀ, ਵੀ ਦੱਸ ਤੂੰ ਕਿਵੇਂ ਲੜਨਾ, ਕਿਹੜਾ ਹਥਿਆਰ ਚਲਾਉਣਾ ਜਾਣਦਾ ਜੀ। ਉਹ ਕਹਿੰਦਾ ਜੀ ਮੈਨੂੰ ਤੀਰ ਤੇ ਕਮਾਨ ਦੇ ਦਿਓ। ਉਹ ਜਿਹੜੇ ਉਹਨਾਂ ਦੇ ਫੌਜ ਦੇ ਬੰਦੇ ਸੀ ਉਹ ਬੜੇ ਖੁਸ਼ ਹੋਏ ਵੀ ਇਹ ਬੰਦਾ ਚੰਗੇ ਬੰਦੇ ਮਾਰੂਗਾ, ਜਿਹੜੇ ਬੰਦੇ ਨੂੰ ਤੀਰ ਕਮਾਨ ਚਲਾਉਣੀ ਆਉਂਦੀ ਆ ਉਹ ਤੇ ਕਾਫੀ ਯੋਧਾ ਹੋਣਾ ਤਗੜਾ ਜੀ। ਤੇ ਉਹਦੇ ਘਰ ਵਾਲੀ ਕਵੇ ਵੀ ਦੇਖੋ ਤੂੰ ਹੀ ਲੜਨ ਚੱਲ ਜਾਣਾ, ਪਤਾ ਨੀ ਕੁਛ ਕਿੱਦਾਂ ਤੁਹਾਡੇ ਨਾਲ ਹੋਣੀ ਆ, ਜੇ ਕੀ ਹੋਊਗਾ ਆਪਣਾ ਜੀ ਆਉਣ ਵਾਲਾ ਫਿਊਚਰ। ਉਹ ਕਹਿੰਦਾ ਕੋਈ ਗੱਲ ਨੀ, ਮੈਂ ਕੌਮ ਵਾਸਤੇ ਸ਼ਹੀਦ ਹੋਊਂਗਾ, ਤੇਰੇ ਵਾਸਤੇ ਜਿੰਦਾ ਰਹੂੰਗਾ। ਲਓ ਜੀ ਉਹ ਜੰਗ ਲੜਨ ਗਿਆ, ਜੰਗ ਸ਼ੁਰੂ ਹੋਈ। ਉਹ ਫਿਰ ਪੂਰਾ ਆਪਣੇ ਚਲਿੱਤਰਾਂ ਦਾ ਗਿਆਤਾ ਸੀ, ਉਹਨੂੰ ਪੂਰੇ ਆਉਂਦੇ ਸੀ। ਉਹਨੇ ਘੋੜਾ ਲਿਆ, ਘੋੜੇ ਤੇ ਤੀਰ ਕਮਾਨ ਪਾਈ, ਤੇ ਜਦੋਂ ਜੰਗ ਸ਼ੁਰੂ ਹੋਈ ਉਹਨੇ ਘੋੜਾ ਸਮਾਂ ਆਪਣਾ ਪਾਸੇ ਕੱਢਿਆ ਤੇ ਇੱਕ ਚੰਗਾ ਵੱਡਾ ਸਰਾ ਦਰਖਤ ਦੇਖਿਆ ਵੀ ਇਹਦੇ ਥੱਲੇ ਛਾਂ ਆ, ਉੱਥੇ ਉਹਨੇ ਘੋੜਾ ਉੱਥੇ ਛੱਡਿਆ ਤੇ ਜਿੱਦਾਂ ਉਹਨੇ ਆਪਣੀ ਪਹਿਲਾਂ ਵਿਉਂਤ ਬਣਾਈ ਸੀ ਇੱਕ ਲਾਲ ਸ਼ਾਹੀ ਦੀ ਦੁਆਤ ਲੈ ਗਿਆ ਨਾਲ ਜੀ। ਉਹਨੇ ਦੇਖਿਆ ਆਸੇ ਪਾਸੇ ਮੂਧਾ ਪੈ ਕੇ ਪਿਛਵਾੜੇ ਆਪਣੇ ਉਹਨੇ ਤੀਰ ਕੱਢ ਲਿਆ ਤੇ ਨਾਲ ਹੀ ਉੱਤੇ ਲਾਲ ਸ਼ਾਹੀ ਦੀ ਦੁਆਤ ਪਾ ਦਿੱਤੀ ਕੱਪੜਿਆਂ ਦੇ ਵਿੱਚ, ਚੰਗਾ ਏਦਾਂ ਲੱਗੇ ਚੰਗਾ ਖੂਨ ਨਿਕਲਿਆ ਬੰਦੇ ਦਾ। ਉਹ ਸਾਰਾ ਦਿਨ ਸ਼ਾਮ ਛਾਵੇਂ ਪਿਆ ਰਿਹਾ, ਉਹ ਜੰਗ ਚੱਲਦੀ ਰਹੀ ਚੱਲਦੀ ਰਹੀ। ਜਦੋਂ ਸ਼ਾਮ ਹੋ ਗਈ ਜੰਗ ਬੰਦ ਹੋ ਗਈ। ਉਹਨਾਂ ਨੇ ਉਹਨਾਂ ਦੇ ਨਾਲ ਇਹ ਗੱਲ ਸੀਗੀ ਵੀ ਜੰਗ ਜਦੋਂ ਬੰਦ ਹੋ ਗਈ ਵੀ ਚਲੋ ਆਪੋ ਆਪਣੇ ਫੌਜੀ ਪਛਾਣ ਕੇ ਉਹਨਾਂ ਨੂੰ ਚੱਕ ਲਓ, ਜਿਹੜਾ ਬਚ ਗਿਆ ਉਹਦੀ ਮਰਮ ਪੱਟੀ ਕਰ ਲਓ ਤੇ ਜਿਹੜਾ ਮਰ ਗਿਆ ਚਲੋ ਉਹਨੂੰ ਫਿਰ ਜੋ ਕਰਨਾ ਕਰੋ ਉਹਦਾ ਜੀ। ਉਹਨੇ ਦੇਖ ਉਹ ਜਦੋਂ ਜੰਗ ਬੰਦ ਹੋ ਗਈ ਉਹਨਾਂ ਦੇ ਫੌਜੀ ਪਛਾਣਦੇ ਪਛਾਣਦੇ ਉਹਨੂੰ ਆਏ ਵੀ ਸਾਡੀ ਫੌਜ ਦਾ ਬੰਦਾ ਹੈ, ਇਹਦੀ ਵਰਦੀ ਸਾਡੀ ਪਈ ਹੈ। ਉਹ ਜਦੋਂ ਆਣ ਕੇ ਉਹਦੇ ਕੋਲ ਦੇਖੇ ਉਹਨਾਂ ਨੇ ਕਿਹਾ ਯਾਰ ਬੰਦਾ ਏਦਾਂ ਦੀ ਏਦਾਂ ਤਾਂ ਕਦੀ ਹੋ ਹੀ ਨੀ ਸਕਦੀ, ਜਿੱਦਾਂ ਇਹਦੇ ਨਾਲ ਹੋਈ ਆ ਵੀ ਤੀਰ ਇਹ ਜਗ੍ਹਾ ਤੇ ਤੀਰ ਕਿੱਦਾਂ ਵੱਜ ਗਿਆ। ਉਹ ਗੱਲਾਂ ਕਰਦੇ ਆਪਸ ਵਿੱਚ ਹੀ ਕਹਿੰਦੇ ਯਾਰ ਬੜੀ ਮਾੜੀ ਗੱਲ ਹੋਈ, ਰੱਬ ਇਹੋ ਜਿਹੀ ਮੌਤ ਜਿਹੜੀ ਵੈਰੀ ਦੁਸ਼ਮਣ ਨੂੰ ਨਾ ਦੇਵੇ, ਇਹ ਬਹੁਤ ਮਾੜੀ ਮੌਤ ਮਰਿਆ। ਉਹਨੇ ਵੀ ਮਾੜਾ ਜਿਹਾ ਸਿਰ ਪਛਾਣ ਪੁਛਾ ਕਰਕੇ ਦੇਖਿਆ ਬੰਦੇ ਸਾਡੇ ਹੀ ਲੱਗਦੇ ਆ। ਉਹ ਕਹਿੰਦਾ ਸਾਲੇ ਉਹ ਕਹਿੰਦਾ ਕੌਮ ਦੇ ਸ਼ਹੀਦਾਂ ਨੂੰ ਟਿਚਰਾਂ ਨੀ ਕਰੀਦੀਆਂ, ਮੈਂ ਤੁਹਾਡੀ ਕੌਮ ਦਾ ਸ਼ਹੀਦ ਹਾਂ ਕਹਿੰਦਾ ਜੀ। ਤੁਸੀਂ ਮੈਨੂੰ ਸ਼ਹੀਦ ਮੰਨੋ, ਮੈਂ ਤੁਹਾਡੀ ਕੌਮ ਦਾ ਸ਼ਹੀਦ ਹਾਂ। ਇਹ ਜਿਹੜੇ ਏਦਾਂ ਦੇ ਸ਼ਹੀਦ ਆ ਅੱਜ ਕੱਲ ਬੜੇ ਆਉਂਦੇ ਆ ਚੈਨਲ ਤੇ ਆਪਣੇ ਰੇਡੀਓ ਤੇ ਵੀ, ਜਾਂ ਆਪਣੇ ਭਾਜੀ ਮੋਟਰੀਅਲ ਵਾਲੇ ਨੂੰ ਕਹਿੰਦਾ ਤੁਹਾਡੇ ਆਸੇ ਪਾਸੇ ਵੀ ਕਾਫੀ ਏਦਾਂ ਦੇ ਸ਼ਹੀਦ ਹੋਣੇ, ਉਹਨਾਂ ਦੀ ਪਛਾਣ ਕਰ ਲਿਓ ਕਿੰਨੇ ਕੁ ਜਿੰਦਾ ਸ਼ਹੀਦ ਉੱਥੋਂ ਦੌੜ ਕੇ ਆਏ ਆ। ਜਿੰਦਾ ਸ਼ਹੀਦ, ਜਿੰਦਾ ਸ਼ਹੀਦ ਜੀ, ਬਿਲਕੁਲ। ਥੈਂਕ ਯੂ ਜੀ, ਕੱਟਿਆ ਗਿਆ ਫੋਨ। 108 ਤੇ ਹੈਗੇ ਆ ਜੀ। ਹਲੋ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਈ, ਮੇਰੀ ਗੱਲ ਲੰਬੀ ਹੋਈ ਭਾਈ, ਪਲੀਜ਼ ਤੁਸੀਂ ਆਪਣਾ ਮੈਨੂੰ ਨੰਬਰ ਲਿਖਵਾ ਦਿਓ, ਮੈਂ ਤੁਹਾਨੂੰ ਆਫ ਏਅਰ ਗੱਲ ਕਰ ਲਵਾਂ। ਪੈਨ ਹੈਗਾ? ਹਾਂਜੀ ਹਾਂਜੀ, ਮੈਂ ਸਾਰਾ ਕੁਝ ਲਈ ਬੈਠਾ ਪਹਿਲਾਂ ਹੀ। 0064 0064, ਮੈਂ ਨਿਊਜ਼ੀਲੈਂਡ ਤੋਂ ਬੋਲਦਾ। ਹਾਂਜੀ, ਕੋਈ ਚੱਕਰ ਨਹੀਂ। ਓਕੇ ਓਕੇ ਤੁਸੀਂ ਵੀ ਰਿਕਾਰਡ ਕਰ ਲਓ, ਦੋ ਚਾਰ ਵਾਰੀ ਸੁਣ ਲਿਆ ਕਰੋ, ਠੀਕ ਹੈ। ਵੈਸੇ 24988 ਆ ਇਹ, ਠੀਕ ਹੈ ਠੀਕ ਹੈ। ਜਿੱਦਾਂ ਨਾੜ ਮੁੰਡੇ ਜੰਡਾ ਪੋੜਾ ਪੋਲਾ ਜੀ, ਪਲੱਕੜੇ ਪਲੱਕੜੇ ਨਾੜ ਮੁੰਡੇ ਜੰਡੇ, ਠੀਕ ਹੈ ਜੀ। ਚਲੋ ਤੇ ਆਪਾਂ ਚੱਲ ਜਾਈਏ ਜੀ, ਹੁਣ 5 ਵੱਜ ਗਏ ਆ। ਸ਼ੁਰੂ ਅਸੀਂ ਥੋੜਾ ਜਿਹਾ ਲੇਟ ਕੀਤਾ ਸੀ, ਪਰ ਫਿਰ ਵੀ ਸਾਡਾ ਜਿਹੜਾ ਲਾਈਵ ਆ ਉਹ ਪੂਰੇ 4 ਘੰਟੇ ਤੋਂ ਬਾਅਦ ਆਪਣੇ ਆਪ ਹੀ ਬੰਦ ਹੋ ਜਾਣਾ ਹੁੰਦਾ, ਤੇ ਹੁਣ ਨਹੀਂ ਦੇਣਾ। ਤਮੀਜ਼ ਜਿਹੜੀ ਆ, ਲਿਆਕਤ ਜਿਹੜੀ ਆ ਚਾਹੀਦੀ ਹੈ, ਠੀਕ ਆ। ਉਹ ਸ਼ਬਦ ਮੈਨੂੰ ਭੁੱਲ ਗਿਆ, ਮੈਂ ਘੋਟਾ ਲਾਉਂਦਾ ਰਿਹਾ ਫਰਾਈਡੇ, ਉਹਦੇ ਵਿੱਚ ਵਰਤਦੇ ਆ ਉਹ, ਠੀਕ ਹੈ ਠੀਕ ਹੈ, ਚੱਲ ਮੇਰਾ ਪੁੱਤ ਵਿੱਚ। ਹਾਂ, ਜਿੱਦਾਂ ਅਸੀਂ ਕਹੀਦਾ ਨਾ ਵੀ ਬੰਦੇ ਨੂੰ ਇਹਦਾ ਲਿਆਕਤ ਵੀ ਚਾਹੀਦੀ ਆ, ਇੱਦਾਂ ਇੱਦਾਂ ਉਹ ਵਰਤਦੇ ਵੀ, ਜਿੱਦਾਂ ਪਤਾ ਸ਼ਰਮ ਕਰ ਯਾਰ, ਉਹ ਬਾਰ ਬਾਰ ਵਰਤਦੇ ਆ ਪਾਕਿਸਤਾਨੀ, ਪਰ ਮੈਨੂੰ ਹੁਣ ਚੇਤਾ ਭੁੱਲ ਗਿਆ। ਕੋਈ ਗੱਲ ਨੀ, ਉਹੀ ਚਾਹੀਦੀ ਆ ਜੀ ਜਿਹੜੀ ਉਹ ਕਹਿੰਦੇ ਆ, ਦੇਖ ਲਿਓ ਉਹ ਵੀ ਚਾਹੀਦੀ ਆ, ਦੇਖ ਲਿਓ, ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ। ਧੰਨਵਾਦ ਜੀ, ਤੁਸੀਂ ਜਿਹੜੇ ਦੇਖ ਰਹੇ ਆ ਜੇ ਸ਼ੇਅਰ ਨਹੀਂ ਕੀਤਾ ਤਾਂ ਤੁਸੀਂ ਵੀ ਸ਼ੇਅਰ ਕਰ ਦਿਓ, ਤੇ ਫਿਰ ਆਪਾਂ ਮੰਗਲਵਾਰ ਨੂੰ ਸਾਂਝ ਵਿਚਾਰਾਂ ਦੀ ਤੇ ਬੁੱਧਵਾਰ ਸਿੱਖ ਪਾਤਸ਼ਾਹੀ ਵਿੱਚ ਫਿਰ ਟਕਰਾਂਗੇ ਤੁਹਾਨੂੰ, ਠੀਕ ਆ। ਕੱਲੇ ਨੂੰ ਕੱਲਾ, ਅਸੀਂ ਤਾਂ ਕੱਲੇ ਹੋਈਦਾ ਜਾਂ ਦੋ ਜਣੇ ਹੋਈਦਾ, ਤੁਸੀਂ ਜਿੰਨੇ ਮਰਜ਼ੀ ਹੋ। ਧੰਨਵਾਦ ਜੀ।